मैं अच्छा, दे तेन ते ते तू मेरा दिलो पर भरा है नी मेरी डो दू मैं एक सौ छब्बी सताई पग ਆਪਣੇ ਸਿਰ ਤੋਂ ਲਾ ਕੇ ਉਹਨਾਂ ਪੈਣਾ ਦੇ ਸਰੀਰ ਤੇ ਟੱਕਦਾ ਉਹਨਾਂ ਦੇ ਪਰਿਵਾਰ ਆਣ ਤੋਂ ਪਹਿਲਾਂ 17000 ਲਾਸ਼ਾਂ ਨੂੰ ਆਖਰੀ ਵਾਰ ਉਹਨਾਂ ਦੇ ਪਰਿਵਾਰਾਂ ਤੱਕ ਪਹੁੰਚਾ ਚੁੱਕੇ ਆ ਸਭ ਤੋਂ ਦਰਦਨਾਕ ਮੌਤੇ ਨਹਿਰਾਂ ਵਾਲੀ ਮੌਤ ਇੱਕ ਇੱਕ ਮਹੀਨਾ ਦੋ ਦੋ ਮਹੀਨੇ ਢਾਈ ਢਾਈ ਮਹੀਨੇ ਬਾਅਦ ਵੀ ਜਦੋਂ ਲਾਸ਼ ਮਿਲਦੀ ਏ ਅਸੀਂ ਜਿੱਥੋਂ ਫੜਦੇ ਆ ਉਹੀ ਚੀਜ਼ ਹੱਥ ਦੇ ਵਿੱਚ 2 ਮਿੰਟ 5 ਮਿੰਟ ਦਾ ਗੁੱਸਾ ਜਿਹੜਾ ਜਾਨ ਲੈ ਲੈਂਦਾ ਉਹ ਪਿੱਛੇ ਪਰਿਵਾਰ ਨੂੰ ਵੀ ਖਤਮ ਕਰਕੇ ਚਲਾ ਜਾਂਦਾ ਹੈ ਬੱਚਿਆਂ ਦੀਆਂ ਲਾਸ਼ਾਂ ਲੱਭਦੇ ਲੱਭਦੇ ਪਿਓ ਮਰ ਜਾਂਦੇ ਤੁਸੀਂ ਯਕੀਨ ਕਰਿਓ ਅੱਜ 12 ਸਾਲ ਦਾ ਬੱਚਾ ਵੀ ਅਗਰ ਘਰ ਤੋਂ ਕਹਿ ਕੇ ਚੱਲਿਆ ਨਾ ਕਿ ਮੈਂ ਮਰਨਾ ਹੈ ਤੇ ਯਕੀਨ ਕਰਿਓ ਮਰੇਗਾ ਮੈਨੂੰ ਲਾਸ਼ ਕੱਢਣ ਤੋਂ ਮਹੀਨਾ ਬਾਅਦ ਵੀ ਪਤਾ ਨਹੀਂ ਹੁੰਦਾ ਵੀ ਇਹ ਕਿਸ ਧਰਮ ਦਾ ਬੱਚਾ ਸੀ ਕਿਸ ਸਮਾਜ ਦਾ ਮੈਨੂੰ ਉਸ ਚੀਜ਼ ਦਾ ਕੋਈ ਮਤਲਬ ਨਹੀਂ ਪੰਜ ਲਾਸ਼ਾਂ ਗੱਡੀਆਂ ਚ ਪੰਜੇ ਬੱਚੇ 16 ਤੋਂ 21 ਸਾਲ ਦੇ ਪੰਜੇ ਬੱਚੇ ਮਾਪਿਓ ਦੇ ਇਕੱਲੇ-ਇਕੱਲੇ ਸਸਕਾਰ ਕਰਦੇ ਹੋਇਆ ਉਹਦੇ ਦਾਦੇ ਨੇ ਸਿਰਫ ਇੱਕ ਪੈਰ ਪੁੱਛੇ ਪਟਿਆ ਔਰ ਉਹਦਾ ਦਾਦਾ ਪਰਵਾਹ ਨਹੀਂ ਕਿਹਾ ਕਿ ਇਹ ਕਿਹੋ ਜੇ ਕਮਾ ਦੇ ਵਿੱਚ ਪੈ ਗਈ ਮੇਰੀ ਮਾਂ ਤੇ ਉਹਨੇ ਪੈਰ ਫੜ ਲਏ ਰੋਣ ਲੱਗ ਪਈ ਕਿਹਾਂ ਦੀ ਮਾਤਾ ਜਿਵੇਂ ਦੀ ਤੂੰ ਮਾਂ ਐ ਅਮੇਦੀ ਮੈਂ ਵੀ ਮਾਫ਼ ਜੀ ਮੈਂ ਤੇਰੇ ਪਰਗਟ ਤੋ ਜਿੰਦਾ ਲੈਣ ਨਹੀਂ ਆਈ ਸਿਰਫ ਆਖਰੀ ਵਾਰ ਆਪਣੇ ਬੱਚਿਆਂ ਦੀ ਮਿੱਟੀ ਲੈਣ ਆਈ ਮੈਂ ਉਹਨਾਂ ਲਵਾਰਿਸ ਲਾਸ਼ਾਂ ਨੂੰ ਆਖਰੀ ਵਾਰ ਕੱਢਿਆ ਜਿਨ੍ਹਾਂ ਨਾਲ ਮੇਰਾ ਕੋਈ ਮਤਬਦਲ ਨਹੀਂ ਸੀ ਕੋਈ ਕਨੈਕਸ਼ਨ ਨਹੀਂ ਸੀ ਸਿਰਫ ਇੱਕ ਇਨਸਾਨੀਅਤ ਦੀ ਸੇਵਾ ਤੋਂ ਬਿਨਾਂ ਗੁਰਦੁਆਰੇ ਗਿਆ ਸੀ ਬੋਟੀ ਨੇ ਪਿੰਨੀ ਦਿੱਤੀ ਮੰਦਰ ਗਿਆ ਗੁਰ ਸਾਰਾ ਕੁਝ ਠੀਕ ਸੀ ਫਿਰ ਯਾਰਾ 60 ਸਾਲ ਦੇ ਬਜ਼ੁਰਗ ਨੂੰ ਨਹਿਰ ਚ ਆਤਮ ਹੱਤਿਆ ਕਿਉਂ ਕਰਨੀ ਕੀ ਬਚਪਨ ਜਵਾਨੀ ਦੀ ਵੈਲਿਊ ਨਹੀਂ ਮਨੂੰ ਲੱਗਦਾ ਹੁਣ ਜ਼ਿੰਦਗੀ ਦੀ ਵੈਲਿਊ ਉਹ ਦੀ ਏ ਜਿਹੜਾ 60 ਤੋਂ ਬਾਅਦ ਵੀ ਜਿਹਦੀ ਕੋਈ ਦੇਖਭਾਲ ਕਰਨ ਵਾਲਾ ਹੈਗਾ ਹਾਈਲਾਈਟਸ ਤੇ ਵਿਸ਼ਾ ਤੁਸੀਂ ਦੇਖ ਹੀ ਲਿਆ ਹੋਣਾ ਅੱਜ ਕਿਸ ਸ਼ਖਸੀਅਤ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਸਤਿ ਸ਼੍ਰੀ ਅਕਾਲ ਤੁਸੀਂ ਜਿਹੜੋ ਮੈਂ ਪੰਜਾਬੀ ਟੀਵੀ ਦੇ ਨਾਲ ਮੈਂ ਹਾਂ ਚਨਪ੍ਰੀਤ ਕੌਰ ਪ੍ਰੋਗਰਾਮ ਸਲਾਮੇ ਜ਼ਿੰਦਗੀ ਦੇ ਵਿੱਚ ਇੱਕ ਵਾਰ ਮੁੜ ਤੋਂ ਤੁਹਾਡਾ ਸਵਾਗਤ ਹੈ ਜ਼ਿਆਦਾ ਸਮਾਂ ਨਾ ਖਰਾਬ ਕਰਦੇ ਹੋਏ ਤੁਹਾਨੂੰ ਉਸ ਮਹਾਨ ਸ਼ਖਸੀਅਤ ਦੇ ਦਰਸ਼ਨ ਕਰਾਉਣੇ ਆ ਤੇ ਉਹਨਾਂ ਦੀ ਜ਼ਿੰਦਗੀ ਦੇ ਨਾਲ ਜੁੜੇ ਕੁਝ ਅਹਿਮ ਕਿਸਿਆਂ ਦੇ ਬਾਰੇ ਜਾਣੂ ਵੀ ਜ਼ਰੂਰ ਕਰਵਾਵਾਂਗੇ ਸਤਿ ਸ਼੍ਰੀ ਅਕਾਲ ਪਾਜੀ ਸਤਿ ਸ਼੍ਰੀ ਅਕਾਲ ਜੀ ਮਾਈ ਪੰਜਾਬੀ ਟੀਵੀ ਦੇ ਸਵਾਗਤ ਹੈ ਜੀ ਬਿਲਕੁਲ ਤੈ ਦਿਲ ਤੋਂ ਧੰਨਵਾਦ ਜੀ ਤੁਹਾਡਾ ਸ਼ੁਕਰੀਆ ਜੀ ਜੀ ਜਿੱਦਾਂ ਮੈਂ ਸ਼ੁਰੂਆਤ ਦੇ ਵਿੱਚ ਹੀ ਕਿਹਾ ਕਿ ਜ਼ਿਆਦਾ ਸਮਾਂ ਨਹੀਂ ਖਰਾਬ ਕਰਾਂਗੇ ਕਿਉਂਕਿ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਦੀਆਂ ਵੀਡੀਓਜ਼ ਵੀ ਜ਼ਰੂਰ ਦੇਖੀਆਂ ਹੋਣੀਆਂ ਇਹ ਗੋਤਾਖੋਰ ਸਰਦਾਰ ਪ੍ਰਗਟ ਸਿੰਘ ਹੁਣੀ ਨੇ ਅਕਸਰ ਹੀ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਰਹਿੰਦੇ ਨੇ ਗੋਤਾਖੋਰ ਸਰਦਾਰ ਪ੍ਰਗਟ ਸਿੰਘ ਇਹ ਨਾਮ ਕਿਸ ਤਰ੍ਹਾਂ ਪੈਂਦਾ ਅ ਬਿਲਕੁਲ ਜੀ ਅ ਜਿਵੇਂ ਨਹਿਰ ਦੇ ਉੱਤੇ ਪਿੰਡ ਸੀ ਔਰ ਜਿਆਦਾ ਪੜ੍ਹਾਈ ਚ ਰੁਚੀ ਨਹੀਂ ਸੀ ਔਰ ਉਸ ਤੋਂ ਬਾਅਦ ਜਿਵੇਂ ਆਮ ਪਿੰਡਾਂ ਚ ਕੋਈ ਬੱਚਾ ਨਹੀਂ ਪੜ੍ਹਾਈ ਉਹਦੋਂ ਕਰਦਾ ਹੁੰਦਾ ਕਹਿੰਦਾ ਚੱਲ ਤੂੰ ਡੰਗਰ ਚਾਰ ਤਾਂ ਕਰਦਿਆ ਨੇ ਪਸ਼ੂ ਚਰਾਣ ਤੇ ਲਾਤਾ ਉੱਥੇ ਗਿਆ ਤੇ ਪ੍ਰਗਟ ਸਿੰਘ ਸੀ ਨਹਿਰ ਤੇ ਲੇਕਿਨ ਉਸ ਤੋਂ ਬਾਅਦ ਜਦੋਂ ਨਹਿਰ ਦੇ ਵਿੱਚ ਡੋਬਰੇ ਲੋਕਾਂ ਨੂੰ ਕੱਢਣਾ ਸ਼ੁਰੂ ਕੀਤਾ ਲਾਸ਼ਾਂ ਕੱਢਦੀਆਂ ਸ਼ੁਰੂ ਕਰਤੀਆਂ ਫਿਰ ਉਸ ਨਾਮ ਦੇ ਨਾਲ ਗੋਤਾਖੋਰ ਸ਼ਬਦ ਜੁੜ ਗਿਆ ਹਮ ਇੱਕ ਅਲੱਗ ਪਛਾਣ ਜਿਹੜੀ ਹੈ ਇਸ ਸ਼ਬਦ ਨੇ ਤੁਹਾਨੂੰ ਦਿੱਤੀ ਹੈ ਜੀ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਦੁਨੀਆ ਜਾਣਦੀ ਹੈ ਤੁਹਾਨੂੰ ਅਕਸਰ ਹੀ ਤੁਹਾਨੂੰ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਦੇਖਦੇ ਆ ਇੱਕ ਨੇਕ ਸੇਵਾ ਕਰਦੇ ਹੋਏ ਕਹਿ ਸਕਦੇ ਆ ਕਿ ਨਿਸ਼ਕਾਮ ਸੇਵਾ ਜਿਹੜੀ ਹੈ ਤੁਸੀਂ ਕਾਫੀ ਲੰਮੇ ਸਮੇਂ ਤੋਂ ਕਰ ਰਹੇ ਹੋ ਜੀ ਪ੍ਰਗਟ ਸਿੰਘ ਜੀ ਕਿਹੜਾ ਪਿੰਡ ਹੈ ਕਿੱਥੋਂ ਸ਼ੁਰੂਆਤ ਹੁੰਦੀ ਹੈ ਤੇ ਕਿੰਨੀ ਉਮਰ ਦੇ ਵਿੱਚ ਤੁਸੀਂ ਇਸ ਲਾਈਨ ਦੇ ਵਿੱਚ ਆ ਜਾਂਦੇ ਜੀ ਬਿਲਕੁਲ 13 14 ਸਾਲਾਂ ਦੀ ਸ਼ੁਰੂਆਤੀ ਮੇਰੀ ਜ਼ਿੰਦਗੀ ਰਹੀ ਹੈ ਨਹਿਰ ਦੇ ਉੱਤੇ ਸੇਵਾ ਦੀ ਜੀ ਔਰ ਹਰਿਆਣਾ ਕੁਰਕ ਖੇਤਰ ਦੇ ਕੋਲ ਮੇਰਾ ਪਿੰਡ ਹੈ ਜੀ ਦੱਬ ਖੇੜੀ ਜੀ ਤਾਂ ਪਤਾ ਨਹੀਂ ਸੀ ਇਸ ਲਾਈਨਾਂ ਵੱਲ ਚੱਲਾਂਗੇ ਜਦੋਂ ਉਹ ਕਹਿੰਦੇ ਨੇ ਨਾ ਕਿ ਹਰ ਬੰਦੇ ਨੂੰ ਪ੍ਰਮਾਤਮਾ ਆਪਣਾ ਇੱਕ ਥਾਪੜਾ ਦੇ ਕੇ ਕਹਿੰਦਾ ਵੀ ਆਹ ਕੰਮ ਤੇਰਾ ਤੂੰ ਕਰਨਾ ਹੈ ਜੀ ਤੇ ਸ਼ਾਇਦ ਪ੍ਰਮਾਤਮਾ ਨੇ ਨੇ ਮੇਰੇ ਲਈ ਕਿਉਂ ਸੇਵਾ ਲਈ ਸੀ ਹਮ ਹਮ ਔਰ ਡੰਗਰ ਚਾਰ ਦੇ ਚਾਰ ਦੇ ਮੈਨੂੰ ਯਾਦ ਇੱਕ ਲਾਸ਼ਕ ਲੜਕੀ ਦੀ ਨਹਿਰ ਦੇ ਵਿੱਚ ਆ ਰਹੀ ਸੀ ਔਰ ਉਹਦੇ ਪਰਿਵਾਰ ਦੇ ਲੋਕ ਨਾਲ-ਨਾਲ ਚੱਲਣ ਦੇ ਸਨ ਉਹਨਾਂ ਨੂੰ ਤਿਰਨਾ ਨਹੀਂ ਸੀ ਆਂਦਾ ਜੀ ਮੈਂ ਨਹਿਰ ਕਿਨਾਰੇ ਬੈਠਾ ਸਾਂ ਉਹਨਾਂ ਨੇ ਮੈਨੂੰ ਆਵਾਜ਼ ਮਾਰੀ ਤੇ ਮੈਨੂੰ ਵੀ ਲੱਗਿਆ ਕਿ ਮੈਂ ਤੇਰੇ ਲਈ ਨਾ ਸ਼ਾਇਦ ਮੈਂ ਲਾਸ਼ ਕੱਢ ਸਕਦਾ ਮੈਂ ਛਾਲ ਮਾਰ ਕੇ ਉਹ ਕੁੜੀਆ ਨੂੰ ਵਾੜਾ ਤੋਂ ਫੜ ਕੇ ਕਿਨਾਰੀ ਲਾ ਕੇ ਪਰਿਵਾਰ ਨੂੰ ਦੇ ਦਿੱਤਾ ਅਗਲੇ ਦਿਨ ਅਖਬਾਰ ਦੇ ਵਿੱਚ ਫੋਟੋ ਆ ਗਈ ਬਸ ਉਸ ਤੋਂ ਬਾਅਦ ਪ੍ਰਮਾਤਮਾ ਨੇ ਇਸ ਰੁਝਾਨ ਵਾਲਾ ਐਸਾ ਪਾਇਆ ਚੱਲਦੇ 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 ਅੱਜ 24 ਸਾਲਾਂ ਤੋਂ ਜੀ ਮੈਕਸਿਮਮ ਆਪਣੀ ਸੇਵਾ ਹਰਿਆਣਾ ਪੰਜਾਬ ਰਾਜਸਥਾਨ ਰੁੜਕੀ ਅਲੱਗ-ਅਲੱਗ ਨਹਿਰਾਂ ਤਲਾਬਾਂ ਨਦੀਆਂ ਦੇ ਵਿੱਚ ਇਹ ਸੇਵਾ ਨਿਭਾਉਂਦੇ ਹੋਏ ਪਰਮਾਤਮਾ ਦੀ ਕਿਰਪਾ ਨਾਲ 17000 ਲਾਸ਼ਾਂ ਨੂੰ ਜੀ ਆਖਰੀ ਵਾਰ ਉਹਨਾਂ ਦੇ ਪਰਿਵਾਰਾਂ ਤੱਕ ਪਹੁੰਚਾ ਚੁੱਕੇ ਆਂ ਹਮਮ 3500 ਲੋਕ ਜਿੰਦਾ ਜਿਹੜੇ ਛੋਟੀਆਂ-ਮੋਟੀਆਂ ਗੱਲਾਂ ਨੂੰ ਲੈ ਕੇ ਆਤਮ ਬੱਤਿਆ ਕਰਨ ਆਂਦੇ ਨੇ ਜਾਂ ਗਰਮੀਆਂ ਦੇ ਵਿੱਚ ਜੋ ਬੱਚੇ ਨਹਿਰਾਂ ਦੇ ਵਿੱਚ ਠੰਡੇ ਪਾਣੀ ਦੀ ਨਜਾਕਤ ਦਾ ਮਜ਼ਾ ਲੈਣ ਜਾਂ ਹੋਰ ਕਿਸੇ ਵੀ ਕਾਰਨਾਂ ਤੋਂ ਨਹਿਰਾਂ ਦੇ ਵਿੱਚ ਡਿੱਗੇ ਹੋਏ 3500 ਲੋਕਾਂ ਨੂੰ ਜਿੰਦਾ ਉਹਨਾਂ ਦੇ ਪਰਿਵਾਰਾਂ ਤੱਕ ਪਹੁੰਚਾ ਚੁੱਕੇ ਆ 725 گاਵਾ ਔਰ ਨੀਲ گاਵਾ ਨਹਿਰਾਂ ਦੇ ਵਿੱਚੋਂ ਕੱਢ ਚੁੱਕੇ ਆ ਔਰ ਪਰਮਾਤਮਾ ਦੀ ਕਿਰਪਾ ਨਾਲ 18 ਮગરਮਛ ਹੁਣ ਤੱਕ ਮੈਂ ਰੈਸਕਿਊ ਕਰ ਚੁੱਕੇ ਆ ਜਿਦੇ ਵਿੱਚ 3 ਕੁਇੰਟਲ 10 ਕਿਲੋ ਦਾ ਇੰਡੀਆ ਦਾ ਸਭ ਤੋਂ ਵੱਡਾ ਮગરਮਛ ਜੋ ਮੈਂ ਫੜ ਕੇ ਪ੍ਰਸ਼ਾਸਨ ਦੇ ਹਵਾਲੇ ਕੀਤਾ ਜਿਹਦੇ ਵਾਸਤੇ ਕਰੋਕੋਡਾਈਲ ਆਫ ਇੰਡੀਆ ਦਾ ਅਵਾਰਡ ਵੀ ਮੈਨੂੰ ਮਿਲਿਆ ਹੋਇਆ ਇਹ ਬੱਚਿਆਂ ਨੂੰ ਤਰਾਕੀ ਸਿਖਾਣੀ ਆ ਲੋਕਾਂ ਨੂੰ ਸਮੇਂ-ਸਮੇਂ ਤੇ ਅਪੀਲਾਂ ਕਰਦੇ ਰਹਿਣਾ ਇਹ ਸਾਰੀਆਂ ਸੇਵਾਵਾਂ ਨੇ ਔਰ ਪ੍ਰਮਾਤਮਾ ਦੀ ਕਿਰਪਾ ਨਾਲ ਹਰਿਆਣਾ ਦੇ ਐਸਪੀਆਈਜੀ ਪੰਜਾਬ ਜਲੰਧਰ ਤੋਂ ਲੈ ਕੇ ਬੰਬੇ ਤੱਕ ਮੇਰੇ ਕੁਲ 412 ਸਨਮਾਨ ਅਵਾਰਡ ਨੇ ਜੋ ਸੇਵਾ ਰੂਪੀ ਮੈਨੂੰ ਪ੍ਰਮਾਤਮਾ ਵੱਲੋਂ ਬਖਸ਼ੇ ਗਏ ਨੇ ਇਹ ਤਾਂ ਪ੍ਰਾਪਤੀਆਂ ਤੁਸੀਂ ਆਪਣੀਆਂ ਦੱਸੀਆਂ ਤੁਸੀਂ ਸ਼ੁਰੂਆਤ ਦੇ ਵਿੱਚ ਦੱਸਿਆ ਕਿ 13-14 ਸਾਲ ਉਮਰ ਮਹਿਸ ਉਮਰ ਬਹੁਤ ਛੋਟੀ ਹੈ ਇੰਨੀ ਉਮਰ ਦੇ ਵਿੱਚ ਤੁਸੀਂ ਜਦੋਂ ਪਹਿਲੀ ਲਾਸ਼ ਫੜੀ ਤਾਂ ਇੰਨੀ ਕੁ ਉਮਰ 'ਚ ਤਾਂ ਬੱਚੇ ਡਰਦੇ ਨੇ ਤੁਸੀਂ ਤੈਰ ਕੇ ਨਹਿਰ ਦੇ ਵਿੱਚ ਜਾਨੇ ਹੋ ਤਾਂ ਡਰ ਨਹੀਂ ਲੱਗਿਆ ਪਹਿਲੀ ਵਾਰ ਕਿ ਨਹੀਂ ਮੈਂ ਇੰਨੀ ਡੂੰਗੀ ਨਹਿਰ ਤੇ ਨਹੀਂ ਜਾਣਾ ਅਕਸਰ ਮਾਪੇ ਰੋਕਦੇ ਵੀ ਜੀ ਜੀ ਨਹੀਂ ਉਸ ਤੋਂ ਪਹਿਲਾਂ ਮੈਂ ਤਰਾਕੀ ਸਿੱਖ ਚੁੱਕਿਆ ਸੀ ਜੀ ਔਰ ਤਰਾਕੀ ਕਰਕੇ ਮੈਨੂੰ ਲੱਗਿਆ ਕਿ ਅਗਰ ਮੈਂ ਤੈਰਨਾ ਜਾਣਦਾ ਤਾਂ ਮੈਂ ਨਹਿਰ ਦੇ ਵਿੱਚ ਇਹ ਚੀਜ਼ ਕੰਮ ਕਰ ਸਕਦਾ ਜੀ ਤੇ ਸ਼ੁਰੂਆਤੀ ਇੱਕ ਦੋ ਦਿਨ ਡਰ ਵੀ ਲੱਗਿਆ ਕਰੋ ਗਾਲਾਂ ਦਾ ਵੀ ਡਰ ਸੀ ਜੀ ਵੀ ਪਤਾ ਨਹੀਂ ਕਰ ਦੇਣਗੇ ਵੀ ਤੂੰ ਕੀ ਕਰ ਰਹਾ ਹੈਂ ਕਿਉਂ ਕੱਢੀ ਤੈਨੂੰ ਪੁਲਿਸ ਵਾਲੇ ਲੈ ਜਾਣਗੇ ਉਹ ਕੌਣ ਸੀ ਕਿਵੇਂ ਸੀ ਇਹ ਚੀਜ਼ਾਂ ਦਾ ਡਰ ਵੇਖੋ ਸ਼ੁਰੂਆਤੀ ਦੌਰ ਤੇ ਲੱਗਿਆ ਥੋੜੇ ਦਿਨ ਲੇਕਿਨ ਉਸ ਤੋਂ ਬਾਅਦ ਜਿਵੇਂ ਪ੍ਰਮਾਤਮਾ ਨੇ ਇੱਕ ਲਾਈਨ ਅਪ ਦੇ ਵਿੱਚ ਪਾਤਾ ਚੱਲਦੇ 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 ਅੱਜ ਉਹੀ ਪਰਿਵਾਰ ਹੈ ਜੀ ਉਹੀ ਸਾਰਾ ਕੁਝ ਔਰ ਪ੍ਰਮਾਤਮਾ ਦੇ ਨਾ ਕਰੀ ਜਾ ਰਹੇ ਹੂੰ ਲਗਾਤਾਰ 24 ਸਾਲ ਤੋਂ ਤੁਸੀਂ ਸੇਵਾ ਕਰ ਰਹੇ ਹੋ ਸਾਬਤ ਸੂਰਤੋਂ ਜੀ ਸ਼ੁਕਰ ਹੈ ਪਹਿਲੀ ਵਾਰ ਕਿਸੇ ਇੰਨੇ ਸਾਬਤ ਸੂਰਤ ਸਿੱਖ ਨੂੰ ਗੋਤਾਖੋਰੀ ਕਰਦਿਆਂ ਦੇਖਿਆ ਜੀ ਇਸ ਵਾਕ ਕਿਵੇਂ ਬਣਦਾ ਹੈ ਕਿਉਂਕਿ ਅਕਸਰ ਜਦੋਂ ਅਸੀਂ ਗੋਤਾਖੋਰ ਦੇਖਦੇ ਹਾਂ ਉਹ ਕਟਿੰਗ ਵਾਲੇ ਹੁੰਦੇ ਨੇ ਜਾਂ ਹੋਰ ਕਿਸੇ ਤਰ੍ਹਾਂ ਦੇ ਜੀ ਜੀ ਬਿਲਕੁਲ ਸ਼ੁਰੂਆਤੀ ਦੌਰ ਤੇ ਮੈਂ ਵੀ ਮੋਨਾ ਸੀ ਸਿਰ ਤੇ ਪੱਗ ਨਹੀਂ ਸੀ ਦਾੜੀ ਨਹੀਂ ਸੀ ਔਰ ਮੈਨੂੰ ਯਾਦ ਇੱਕ ਬੰਦਾ ਜੇ ਡੁੱਬ ਗਿਆ ਤੁਸੀਂ ਚਲੇ ਗਏ ਤਾਂ ਪਬਲਿਕ ਵੀ ਮਲਾਜ਼ਮ ਵੀ ਜਿਵੇਂ ਇੱਕ ਰਿਐਕਟ ਕੀਤਾ ਜਾਂਦਾ ਹੈ ਨਾ ਕਿਸੇ ਨੂੰ ਕਿਸੇ ਗਿਣਤੀ 'ਚ ਨਹੀਂ ਗਿਣਿਆ ਜਾਂਦਾ ਉਹ ਛੋਟੂ ਉਹ ਫਲਾਣੇ ਉਹ ਟਮਕਾਣੇ ਫਿਰ ਪਰਮਾਤਮਾ ਨੇ ਇੱਕ ਬਖਸ਼ਿਸ਼ ਕੀਤੀ ਕਿ ਮੈਨੂੰ ਲੱਗਿਆ ਕਿ ਮੈਨੂੰ ਪੇਸ਼ ਬਦਲਣਾ ਚਾਹੀਦਾ ਕਿਉਂਕਿ ਉਸ ਟਾਈਮ ਇਹ ਨਹੀਂ ਸੀ ਪਤਾ ਵੀ ਨਹਿਰ ਦੇ ਦਮ ਤੇ ਪਹਿਚਾਨ ਮਿਲੇਗੀ ਲੇਕਿਨ ਉਸ ਟਾਈਮ ਨੂੰ ਇਹ ਲੱਗਾ ਕਿ ਮੇਰੀ ਪਹਿਚਾਨ ਉਦੋਂ ਬਣੇਗੀ ਜਦੋਂ ਮੈਂ ਦਾੜੀ ਔਰ ਪੱਗ ਰੱਖਾਂਗਾ ਲੋਕਾਂ ਨੂੰ ਪਤਾ ਲੱਗੇਗਾ ਹਨ ਤੇ ਫਿਰ ਉਹ ਪਹਿਚਾਨ ਬਣਾਈ ਔਰ ਉਸੇ ਸਿਰਫ ਦਾੜੀ ਸਿਰ ਕਰਕੇ ਪੱਗ ਕਰਕੇ ਅੱਜ ਪਰਮਾਤਮਾ ਦੀ ਕਿਰਪਾ ਨਾਲ ਪੂਰੀ ਦੁਨੀਆ 'ਚ ਮੈਂ ਕਹਿ ਸਕਦਾ ਕਿ ਇੱਕ ਪਹਿਚਾਨ ਇੱਕ ਨਾਮ ਇੱਕ ਸਨਮਾਨ ਪਰਮਾਤਮਾ ਦੀ ਦਇਆ ਨਾਲ ਬਣ ਗਿਆ ਜੀ ਤੁਸੀਂ ਸ਼ੁਰੂਆਤ ਕਰਦੇ ਹੋ ਪਰਵਾਦ ਨੇ ਨਹੀਂ ਕਿਹਾ ਕਿ ਇਹ ਕਿਹੋ ਜੇ ਕੰਮਾਂ ਦੇ ਵਿੱਚ ਪੈ ਗਈ ਇਸ ਕੰਮ ਵੱਲ ਨਹੀਂ ਜਾਣਾ ਜੀ ਬਿਲਕੁਲ ਸ਼ੁਰੂਆਤੀ ਦੌਰ ਦੇ ਸਾਲ 2-4 ਸਾਲ ਮੈਂ ਬਹੁਤ ਭੁਗਤਿਆਂ ਘਰ 'ਚ ਲੜਾਈ ਵੀ ਹੁੰਦੀ ਸੀ ਕਲੇਸ਼ ਵੀ ਹੁੰਦਾ ਸੀ ਉਸ ਤੋਂ ਬਾਅਦ ਮੇਰੀ ਸ਼ਾਦੀ ਜਦੋਂ ਹੋਈ ਜੀ ਤਾਂ ਬੱਚੇ ਹੋਏ ਤਾਂ ਜੋ ਫੈਮਿਲੀ ਸੀ ਉਹ ਬੱਚਿਆਂ ਨੂੰ ਹੱਥ ਨਹੀਂ ਈ ਲਾਣ ਦੇਣ ਦੀ ਕਹਿੰਦੀ লাশ ਕੱਟਿਆ ਵੇਖੋ ਇਹ ਤੇ ਸੱਚੇ ਅੱਜ ਘਰ ਦੇ ਵਿੱਚ ਆਪਣਾ ਫੈਮਿਲੀ ਮੈਂਬਰ ਮਰ ਜੇ ਹਾਂਜੀ ਤਸਵੀਰੇ ਜਦੋਂ ਨੂੰ ਇਸ਼ਨਾਨ ਕਰਾਣਾ ਹੁੰਦਾ ਤੇ 15 ਵਿੱਚੋਂ 12 ਲੋਕ ਪਿੱਛੇ ਹੋ ਜਾਂਦੇ ਨੇ ਬਿਲਕੁਲ ਵੀ ਕੋਈ ਅੱਗੇ ਤੀਸਰਾ ਆਵੇ ਪਰ ਉਹਨੂੰ ਕੰਡ ਉਹਦੀ ਨੂੰ ਹੱਥ ਲਾਏ ਤੇ ਸਾਬਣ ਲਾਵੇ ਨੋਰਮਲ ਆਪਣਾ ਜੀ ਕਰਦਾ ਹਾਂਜੀ ਪਰ ਕਿਸੇ ਨੂੰ ਰਾਤ ਰੱਖਣਾ ਪੈ ਜੇ ਤਾਂ ਪਰਿਵਾਰ ਨੂੰ ਪਤਾ ਕਿ ਰਾਤ ਉਹ ਕਿਵੇਂ ਕੱਢਦਾ ਜੀ ਲੇਕਿਨ ਮੈਂ ਉਹਨਾਂ ਲਵਾਰਿਸ ਲਾਸ਼ਾਂ ਨੂੰ ਆਖਰੀ ਵਾਰ ਕੱਢਿਆ ਜਿਨ੍ਹਾਂ ਨਾਲ ਮੇਰਾ ਕੋਈ ਮਤਬਨ ਨਹੀਂ ਸੀ ਕੋਈ ਕਨੈਕਸ਼ਨ ਨਹੀਂ ਸੀ ਸਿਰਫ ਇੱਕ ਇਨਸਾਨੀਅਤ ਦੀ ਸੇਵਾ ਤੋਂ ਬਿਨਾ ਜੀ ਔਰ লাশਾਂ ਵੀ ਤੁਸੀਂ ਯਕੀਨ ਕਰਿਓ ਮੈਂ ਦਾਅਵੇ ਨਾ ਕਹਿਨਾ ਦੁਨੀਆ ਦੀ ਸਭ ਤੋਂ ਦਰਦਨਾਕ ਮੌਤੇ ਨਹਿਰਾਂ ਵਾਲੀ ਮੌਤ ਬਿਲਕੁਲ ਇੱਕ ਇੱਕ ਮਹੀਨਾ ਦੋ ਦੋ ਮਹੀਨੇ ਢਾਈ ਢਾਈ ਮਹੀਨੇ ਬਾਅਦ ਵੀ ਜਦੋਂ লাশ ਮਿਲਦੀ ਏ ਅਸੀਂ ਜਿੱਥੋਂ ਫੜਦੇ ਹਾਂ ਉਹੀ ਚੀਜ਼ ਹੱਥ ਦੇ ਵਿੱਚ ਹੱਥ ਦੇ ਵਿੱਚ ਆ ਜਾਂਦੀ ਤੁਸੀਂ ਯਕੀਨ ਕਰਿਓ ਔਰ লাশ ਕੱਢਣ ਲੱਗੇ ਅਗਰ 100 ਬੰਦਾ ਨਹਿਰ ਤੇ ਖੜਾ ਤੇ 80 ਲੋਕ ਭੱਜ ਜਾਣਗੇ ਜੀ ਕਿਉਂਕਿ ਐਡਾ ਖਤਰਨਾਕ লাশ ਦਾ ਪਾਣੀ ਇੰਨਾ ਡੈਮੇਜ ਕਰ ਦਿੰਦਾ ਕੀ ਆਪਾਂ ਫੋਟੋ ਤੱਕ ਨਹੀਂ ਵੇਖ ਸਕਦੇ ਮਤਲਬ ਵਾਲ ਝੜ ਜਾਣੇ ਗਲ ਜਾਣਾ ਪਤਾ ਨਹੀਂ ਇਹ ਨਹੀਂ ਪਤਾ ਲੱਗਦਾ ਕਿ ਜੁਰਾਨੀ ਬੰਦਾ ਹੈ ਬੱਚਾ ਹੈ ਸਿਰਫ ਕੁਝ ਨਹੀਂ ਪਤਾ ਲੱਗਦਾ ਇੰਨੀ ਡੈਮੇਜ ਸੀ ਤੀ ਉਹਨਾਂ ਲਾਸ਼ਾਂ ਨੂੰ ਕੱਢ ਕੇ ਜਦੋਂ ਅਸੀਂ ਘਰ ਜਾਂਦੇ ਸਾਂ ਤਾਂ ਘਰ ਦੇ ਵਿੱਚ ਕਲੇਸ਼ ਵੀ ਹੋਇਆ ਲੇਕਿਨ ਲੱਗੇ ਰੇ ਲੱਗੇ ਰੇ ਫਿਰ ਜਿਵੇਂ ਜਿਵੇਂ ਪਰਮਾਤਮਾ ਨੇ ਜਿਵੇਂ ਸੇਵਾ ਨੂੰ ਫਲ ਲਾਣਾ ਸ਼ੁਰੂ ਕੀਤਾ ਪਹਿਚਾਨ ਬਣਦੀ ਚੱਲੀ ਗਈ ਲੋਕ ਕਾਰਾਣਾ ਸ਼ੁਰੂ ਹੋ ਗਏ ਫੇਰ ਉਹ ਹੀ ਪਰਿਵਾਰ ਨੂੰ ਜਦੋਂ ਬਾਹਰ ਇੱਜ਼ਤ ਮਿਲਣਾ ਸ਼ੁਰੂ ਹੋ ਗਈ ਮਾਪੇ ਨੂੰ ਚੰਗਾ ਫੀਲ ਹੋਣਾ ਸ਼ੁਰੂ ਹੋਇਆ ਫੈਮਿਲੀ ਨੂੰ ਚੰਗਾ ਫੀਲ ਹੋਇਆ ਤੇ ਪ੍ਰਮਾਤਮਾ ਦੇ ਦੈਨ ਨਾਲ ਜੂਰਾ ਪਰਿਵਾਰ ਜੋ ਸ਼ੁਰੂਆਤੀ ਦੌਰ ਤੇ ਨਾਲ ਨਹੀਂ ਸੀ ਅੱਜ ਮੇਰਾ ਪਰਿਵਾਰ ਸਾਰਾ ਮੇਰੇ ਨਾਲ ਹੈ ਔਰ ਮੇਰੀ ਮੈਨੂੰ ਸਮਰਥਨ ਕਰਦਾ ਔਰ ਹੌਸਲਾ ਬੁਜਾਈ ਦੇ ਰਿਹਾ ਜਦੋਂ ਤੁਹਾਡੀ ਇੰਟਰਵਿਊ ਦੇ ਲਈ ਮੈਂ ਤਿਆਰੀ ਕਰ ਰਹੀ ਸੀ ਮੈਂ ਕੁਝ ਰਿਸਰਚ ਕਰ ਰਹੀ ਸੀ ਤਾਂ ਮੇਰੇ ਸਹਿਯੋਗੀ ਜਿਹੜੇ ਨੇ ਮੇਰੇ ਨਾਲ ਕੰਮ ਕਰਦੇ ਨੇ ਤਾਂ ਮੈਂ ਉਹਨਾਂ ਨਾਲ ਡਿਸਕਸ ਕੀਤਾ ਕਿ ਅੱਜ ਤੁਹਾਡਾ ਇੰਟਰਵਿਊ ਮੈਂ ਕਰਨਾ ਹੈ ਤਾਂ ਉਹ ਵੀ ਇਹ ਗੱਲ ਕਹਿੰਦੇ ਨੇ ਕਿ ਬੜੀ ਮਾਣ ਵਾਲੀ ਗੱਲ ਹੈ ਕਿਉਂਕਿ ਅਕਸਰ ਜਿਹੜੇ ਗੁਰਸੇਖੀਆ ਕੇਸ ਧਾਰੀ ਹੁੰਦੇ ਨੇ ਉਹ ਆਪਣੇ ਕੇਸਾਂ ਦੀ ਬੜੀ ਸਾਮ ਸੰਭਾਲ ਕਰਦੇ ਨੇ ਹੈਨਾ ਹਫਤੇ ਦੇ ਵਿੱਚ ਇੱਕ ਵਾਰ ਕੇਸ ਹੀ ਇਸ਼ਨਾਨ ਕਰਨਾ ਤੁਸੀਂ ਦਿਨ ਦੇ ਵਿੱਚ ਪਤਾ ਨਹੀਂ ਕਿੰਨੀ ਵਾਰ ਤੁਸੀਂ ਨਹਿਰ ਦੇ ਵਿੱਚ ਉਤਰਦੇ ਹੋ ਤਾਂ ਇਹ ਸਾਮ ਸੰਭਾਲ ਇਸ ਰੂਪ ਦੀ ਸੰਭਾਲ ਕਿਸ ਤਰ੍ਹਾਂ ਓਖੀ ਵੀ ਹੁੰਦੀ ਹੈ ਲੱਗਦਾ ਸੀ ਕਿ ਨਹੀਂ ਜੀ ਵੇਖੋ ਅਗਰ ਤਾਂ ਨਹਿਰ ਦੇ ਵਿੱਚ ਆਪਾਂ ਕੰਮ ਕਰ ਰਹੇ ਆ ਆਖੜਾ ਨਹਿਰ ਦਾ ਪਾਣੀ ਸਾਫ਼ ਹੈ ਉਹਦੇ ਵਿੱਚ ਤਾਂ ਆਪਾਂ ਟੋਪੀ ਵਗੈਰਾ ਪਾ ਕੇ ਨੋਰਮਲ ਲੇਕਿਨ ਜਦੋਂ ਪਿੰਡ ਦੇ ਵੇਖੋ ਛੱਪੜ ਪਿੰਡ ਦਾ ਸਾਰੇ ਪਿੰਡ ਦਾ ਗੰਦ ਹੁੰਦਾ ਬਿਲਕੁਲ ਜੀ ਛੱਪੜ ਦੇ ਵਿੱਚ ਤਾਂ ਕੋਈ 2 ਲੱਖ ਰੁਪਇਆ ਦੇ ਕੇ ਪਿੰਡ ਦੇ ਵੀ ਕਿਸੇ ਬੰਦੇ ਨੂੰ ਕੋਈ ਕਹਿੰਦਾ ਨਹੀਂ ਵੜੇਗਾ ਲਫਾਫੇ ਕਾਲਾ ਪਾਣੀ ਹਨਾ ਲੇਕਿਨ ਉਹਨਾਂ ਵਿੱਚ ਜਦੋਂ ਵੜਨਾ ਪੈਂਦਾ ਤਾਂ ਉਦੋਂ ਥੋੜੀ ਦਿੱਕਤ ਹੁੰਦੀ ਹੈ ਪਰ ਫਿਰ ਵੀ ਕੋਸ਼ਿਸ਼ ਕਰੀਦੀ ਏ ਕਿਉਂਕਿ ਉਸ ਛੱਪੜ ਦੇ ਕਿਨਾਰੇ 2 2 300 ਲੋਕ ਖੜੇ ਹੁੰਦੇ ਜੀ ਜਿਨ੍ਹਾਂ ਵਿੱਚੋਂ 100 ਲੋਕ ਰੋਂਦੇ ਨੇ ਕਿ ਇਹਦੇ ਵਿੱਚ ਮੇਰਾ ਬੱਚਾ ਚਲਾ ਗਿਆ ਜੀ ਮੇਰਾ ਪੁੱਤਰ ਚਲਾ ਗਿਆ ਮੇਰੀ ਧੀ ਡੁੱਬ ਗਈ ਕਿਉਂਕਿ ਛੱਪੜਾਂ ਦੇ ਵਿੱਚ ਆਮ ਨੋਰਮਲ ਬੱਚੇ ਡੁੱਬਦੇ ਨੇ ਖੇਡਣ ਦੇ ਦੌਰਾਨ 4 4 5 5 ਸਾਲ ਦੇ ਫਿਰ ਉਹਨਾਂ ਦੇ ਦਰਦ ਦੇ ਅੱਗੇ ਮੇਰਾ ਉਹ ਪਾਣੀ ਵੀ ਲੀਲਾ ਪਾਣੀ ਲੱਗਦਾ ਔਰ ਮੈਂ ਫਿਰ ਜੰਪ ਕਰਕੇ ਆਖਰੀ ਵਾਰ ਉਹਨਾਂ ਬੱਚਿਆਂ ਨੂੰ ਕੱਢ ਕੇ ਉਹਨਾਂ ਮਾਂਪਿਆਂ ਦੇ ਹੱਥੇ ਤਾਰਦੇ ਜੀ ਜੀ ਕਦੇ ਇਦਾਂ ਵੀ ਹੁੰਦਾ ਪ੍ਰਗਟ ਸਿੰਘ ਜੀ ਕਿ ਤੁਸੀਂ ਕਿਸੇ লাশ ਨੂੰ ਲੱਭਣ ਦੇ ਲਈ ਨਹਿਰ ਦੇ ਵਿੱਚ ਜਾਂਦੇ ਹੋ ਪਰ ਉੱਥੇ ਕੋਈ ਜੀ ਜੰਤੂ ਕੋਈ ਐਸੀ ਮਿਲਣ ਜਿਹੜੇ ਲੱਗਦਾ ਹੈ ਕਿ ਬੜੇ ਬੁਰੀ ਹਾਲਤ ਦੇ ਵਿੱਚ ਨੇ ਜਿਨ੍ਹਾਂ ਨੂੰ ਅਕਸਰ ਲੋਕ ਕੱਢਦੇ ਵੀ ਨਹੀਂ ਅਸੀਂ ਦੇਖਦੇ ਹਾਂ ਕਿ ਕਈ ਵਾਰੀ ਉਹ ਕੰਡੇ ਤੇ ਹੀ ਪਏ ਰਹਿੰਦੇ ਆ ਉੱਥੇ ਹੀ ਸੜ ਜਾਂਦੇ ਆ ਤਾਂ ਉਹਦਾ ਦੀਆਂ ਚੀਜ਼ਾਂ ਵੀ ਤੁਹਾਨੂੰ ਦੇਖਣ ਨੂੰ ਜੀ ਬਿਲਕੁਲ ਕਈ ਜਿਹੜੀਆਂ ਪੁਲੀਆਂ ਹੁੰਦੀਆਂ ਨਹਿਰਾਂ ਦੀਆਂ ਮੇਨ ਜਿਹਦੇ ਵਿੱਚ ਮੈਕਸਿਮਮ ਬਾਡੀਆਂ ਰੋਕਦੀਆਂ ਤੇ ਉਥੇ ਸਿਰਫ লাশ ਨਹੀਂ ਰੋਕਦੀ ਉਹਦੇ ਵਿੱਚ 12 ਗਾਂ ਮਰੀ ਹੋਈ ਮੱਝ ਸੂਰ ਕੱਟੇ ਬੱਚੇ ਆਂ ਕੁੱਕੜਾਂ ਦੇ ਭਰੇ ਹੋਏ ਲਫਾਫੇ ਕੁੱਕੜਾਂ ਦੇ ਭਰੇ ਹੋਏ ਕੱਟੇ ਉਹ ਸਾਰੀਆਂ ਚੀਜ਼ਾਂ ਉੱਥੇ ਸਟੋਪਿਜ ਹੁੰਦੀਆਂ ਨੇ ਫਿਰ ਆਪਣਾ ਜਿਵੇਂ ਪ੍ਰਮਾਤਮਾ ਨੂੰ ਯਾਦ ਕਰਕੇ ਫਿਰ ਉਹਨਾਂ ਵਿੱਚੋਂ ਵੜ ਕੇ ਤੇ ਉਹਨਾਂ ਚੀਜ਼ਾਂ ਨੂੰ ਕੱਢ ਕੇ ਜੋ ਉੱਥੇ ਇਨਸਾਨੀ লাশ ਹੁੰਦੀ ਉਹਨੂੰ ਕੱਢ ਕੇ ਆਖਰੀ ਵਾਰ ਪਰਿਵਾਰ ਤੱਕ ਜਾਂ ਪੁਲਿਸ ਤੱਕ ਪਛਾਣ ਦੀ ਸੇਵਾ ਕਰਦੇ ਰਹਿੰਦੇ ਨੇ ਹੁਣ ਤੱਕ ਇੱਕ ਵੱਡਾ ਰਿਕਾਰਡ ਤੁਸੀਂ ਬਣਾਇਆ ਹੈ 17000 ਤੋਂ ਵੱਧ ਲਾਸ਼ਾਂ ਤੁਸੀਂ ਕੱਢੀਆਂ ਹਨ ਤੁਸੀਂ ਜਿਸ ਤਰ੍ਹਾਂ ਦੱਸਿਆ 3500 ਤੋਂ ਵੱਧ ਤੁਸੀਂ ਜਿੰਦਾ ਲੋਕ ਜਿਹੜੇ ਸੁਸਾਈਡ ਕਰਨ ਆਉਂਦੇ ਉਹਨਾਂ ਨੂੰ ਵੀ ਬਚਾਇਆ ਹੈ ਹੁਣੇ ਅਸੀਂ ਇੰਟਰਵਿਊ ਸ਼ੁਰੂ ਕਰਨ ਲੱਗੇ ਸੀ ਤੁਸੀਂ ਮੈਨੂੰ ਇੱਕ ਕਾਲ ਰਿਕਾਰਡ ਸੁਣਾਇਆ ਜ ਜਿਹਦੇ ਵਿੱਚ ਇੱਕ ਲੜਕਾ ਤੁਹਾਨੂੰ ਫੋਨ ਕਰਦਾ ਹੈ ਜੀ ਇਤਾਂ ਦੀਆਂ ਜਦੋਂ ਤੁਸੀਂ ਕਾਲਾਂ ਸੁਣਦੇ ਹੋ ਕਿਉਂਕਿ ਇੱਕ ਤਾਂ ਲਾਸ਼ ਕੱਢਣੀ ਔਰ ਇੱਕ ਜਿੰਦਾ ਇਨਸਾਨ ਜਦੋਂ ਫੋਨ ਕਰਕੇ ਕਹਿੰਦਾ ਹੈ ਕਿ ਮੈਂ ਮਰਨ ਲੱਗਾ ਜੀ ਤੋ ਉਹਦੇ ਨਾਲ ਮਾਨਸਿਕ ਸੰਤੁਲਨ ਵੀ ਆਪਣਾ ਵੀ ਖਰਾਬ ਹੁੰਦਾ ਹੋਣਾ ਹੈ ਕਿ ਕਿਸ ਤਰ੍ਹਾਂ ਦੇ ਫੋਨ ਕਾਲਸ ਤੁਹਾਨੂੰ ਰੋਜ਼ ਆਉਂਦੇ ਹਨ ਜੀ ਜੀ ਦੇਖੋ ਮੈਂ ਤੇ ਆਪਣੇ ਕਾਗਜ਼ਾਚ ਉਹਨਾਂ ਲੋਕਾਂ ਨੂੰ ਸਲੂਟ ਕਰਦਾ ਜਿਹੜਾ ਮਰਨ ਤੋਂ ਪਹਿਲਾਂ ਕੁਝ ਸੋਚ ਜਾਂਦਾ ਜੀ ਕੁਝ ਸਮਝ ਜਾਂਦਾ ਆਪਣੇ ਆਪ ਨੂੰ ਰੋਕ ਲੈਂਦਾ ਮੈਨੂੰ ਇੱਕ ਲਾਸਟ ਕਾਲ ਕਰਨਾ ਚੰਗਾ ਸਮਝਦਾ ਜੀ ਤੇ ਮੈਂ ਵੀ ਤੁਸੀਂ ਯਕੀਨ ਕਰਿਓ ਮੇਰੇ ਕੋਲ 10 ਆਡੀਓ ਨੇ ਤੁਹਾਨੂੰ ਮੈਂ ਦਵਾਗਾ ਤੁਸੀਂ ਵੀਡੀਓ ਚ ਚਲਾ ਸਕਦੇ ਹੋ ਜਿਵੇਂ ਥੋੜੇ ਦਿਨ ਪਹਿਲਾਂ ਕੰਬਾਲਾ ਤੋਂ ਲੇਡੀਜ਼ ਸੀ ਜੀ ਕਹਿੰਦੀ ਭਈਆ ਮੈਂ ਭਾਵਨਾ ਬਾਤ ਕਰ ਰਹੀ ਹੂੰ ਜੀ ਬੋਲੋ ਜੀ ਮੈਂ ਨਹਿਰ ਕਿਨਾਰੇ ਕਿਉ ਮੈਡਮ ਕਹਿੰਦੀ ਆ ਮੈਂ ਉਹਨੂੰ ਫੋਨ ਤੇ ਰੱਖਿਆ ਦੂਜੇ ਫੋਨ ਤੇ ਐਸ ਐਚਓ ਨੂੰ ਫੋਨ ਕੀਤਾ ਉਹਨੂੰ ਮੈਂ ਉਲਝਾ ਕੇ ਰੱਖਿਆ ਮਤਲਬ ਕਿ ਫਿਲਮੀ ਸਟਾਈਲ ਆਪਾਂ ਕਹਿ ਸਕਦੇ ਹਾਂ ਮਹਿਜ 3-4 ਮਿੰਟ ਦੇ ਵਿੱਚ ਅੰਬਾਲਾ ਨੱਗਲ ਪੁਲਿਸ ਮੋਕੇ ਤੇ ਪਹੁੰਚ ਗਈ ਕੁੜੀ ਨੂੰ ਫੜ ਲਿਆ ਜੀ لیکن ਜਿਹੜਾ ਅੱਜ ਜਿਹਨੇ ਫੋਨ ਹੁਣੇ ਰਸਤੇ 'ਚ ਹੀ ਮੈਂ ਬਹੁਤ ਯਤਨ ਲਾਇਆ ਸੱਚ ਉਹਨੂੰ ਵੀ ਕਾਲ ਕੀਤੀ ਉਸ ਏਰੀਏ ਦੇ ਗੋਤਾਖੋਰ ਨੂੰ ਵੀ ਕਾਲ ਕੀਤੀ ਸਭ ਨੂੰ ਲੇਕਿਨ ਉਸ ਬੰਦੇ ਨੇ ਮੈਨੂੰ ਟਾਈਮ ਨਹੀਂ ਕਿਉਂਕਿ ਜਿਹੜਾ ਵੀ ਬੰਦਾ ਮੈਨੂੰ ਮਰਨ ਤੋਂ ਪਹਿਲਾਂ ਫੋਨ ਕਰਦਾ ਮੈਂ ਪਹਿਲਾ ਸਵਾਲ ਉਹਨੂੰ ਇਹੀ ਕਰਦਾ ਵੀ ਭੈਣ ਪਿਓ ਪੁੱਤਰ ਅਗਰ ਤੂੰ ਮੈਨੂੰ ਕੁਝ ਵੀ ਆਪਣਾ ਸਮਝ ਕੇ ਕਾਲ ਕੀਤਾ ਤਾਂ ਫਿਰ ਮੈਨੂੰ ਟਾਈਮ ਦੇਈ ਆਤਮ ਹੱਤਿਆ ਨਾ ਕਰੀ ਆ ਕਰਨਾਲ ਥੋੜੇ ਦਿਨ ਪਹਿਲਾਂ ਦੀ ਦੋ ਬੱਚੇ ਲੈ ਕੇ ਇੱਕ ਲੇਡੀਜ਼ ਜੰਪ ਕਰਨ ਆ ਗਈ ਜੀ ਤੇ ਉਹਨਾਂ ਨੇ ਵੀ ਇਸ ਤਰ੍ਹਾਂ ਕੀਤਾ ਉਹਨੂੰ ਮੈਂ ਕਿਹਾ ਭੈਣ ਜੀ ਆ ਤਾਂ ਮੈਨੂੰ ਕਾਲ ਨਹੀਂ ਸੀ ਕਰਨੀ ਜੀ ਤੇ ਕੀਤਾ ਤਾਂ ਫਿਰ ਮੇਰਾ ਵੇਟ ਕਰਨਾ ਪਲੀਜ਼ ਜੀ ਲੇਕਿਨ ਉਹ ਲੋਕ ਜ਼ਿਆਦਾ ਟਾਈਮ ਨਹੀਂ ਦਿੰਦੇ ਕਿਉਂਕਿ ਜਿਹੜਾ ਕਰੋ ਨਿਕਲਦਾ ਨਾ ਕਿਉਂਕਿ ਏ ਵੀ ਇੱਕ ਨਾ ਇੱਕ ਸਮੇ ਦਾ 헤ਰ ਫਿਰ ਹੋ ਚੁਕਿਆ ਜੀ ਤੁਸੀਂ ਯਕੀਨ ਕਰਿਓ 15 20 ਸਾਲ ਪਹਿਲਾਂ ਜਦੋਂ ਕੋਈ ਕਾਲ ਕਰਦਾ ਸੀ ਨਾ ਕਿ ਮੇਰਾ 16 18 22 ਸਾਲ ਦਾ ਬੱਚਾ ਔਰ ਨਹਿਰ ਦੀ ਤਰਫ ਗਿਆ ਸੀ ਕਹਿੰਦੇ ਸੀ ਵੀ ਪਰਮਾਤਮਾ ਸੁਖ ਰੱਖੇ ਵੀ ਜਿੰਦਾ ਮਿਲ ਜੇਗਾ ਜੀ 20 ਸਾਲ ਪਹਿਲਾਂ ਦਾ ਸਮੇਂ ਦੀ ਪੁਰਾਣਾ ਸਮਾਂ ਨਹੀਂ ਸਿਰਫ 20 ਸਾਲ ਪਹਿਲਾਂ ਲੇਕਿਨ ਤੁਸੀਂ ਯਕੀਨ ਕਰਿਓ ਅੱਜ 12 ਸਾਲ ਦਾ ਬੱਚਾ ਵੀ ਅਗਰ ਘਰ ਤੋਂ ਕਹਿ ਕੇ ਚੱਲਿਆ ਨਾ ਕਿ ਮੈਂ ਮਰਨਾ ਹੈ ਤੇ ਯਕੀਨ ਕਰਿਓ ਮਰੇਗਾ ਇੰਨੀ ਲੋਕਾਂ ਦੇ ਅੰਦਰ ਜੋ ਬਰਦਾਸ਼ਤ ਦੀ ਸ਼ਕਤੀ ਬੱਚਿਆਂ ਦੇ ਅੰਦਰ ਖਤਮ ਹੋ ਚੁੱਕੀ। ਹੂੰ ਤੇ ਉਹਨੇ ਫੋਨ ਕੀਤਾ ਮੈਂ ਉਹੀ ਐਸਐਚਓ ਨੂੰ ਕਰਨਾਲ ਨੂੰ ਫੋਨ ਕੀਤਾ ਦਰੋ ਹੋ ਗਿਆ ਦਰੋ ਮੈਂ ਪਹੁੰਚ ਗਿਆ ਤੇ ਅਜੋ ਜਿੰਦਾ ਹੈ ਸੁਰੱਖਿਤੀ ਤੇ ਲੇਕਿਨ ਜੋ ਅਜੋ ਵਾਲਾ ਵੀਰ ਸੀ ਉਹਨੇ ਮੈਨੂੰ ਟਾਈਮ ਨਹੀਂ ਦਿੱਤਾ ਔਰ ਰਿਕਾਰਡਿੰਗ ਹਮੇਰੇ ਕੋ ਪਈ ਹੈ। ਮੈਂ ਐਸਐਚਓ हिसार ਨੂੰ ਫੋਨ ਕੀਤਾ ਕੋ ਲੇਕਿਨ ਉਹ ਕਹਿੰਦਾ ਸੀ ਵੀ ਨਹੀਂ ਮੈਂ ਸਿਰਫ ਤੇਰੇ ਨਾਲ ਲਾਸਟ ਵਾਰ ਗੱਲ ਕਰਨੀ ਸੀ ਕਰ ਲਈ। ਆ ਨਹਿਰ ਕਿਨਾਰੇ ਮੇਰਾ ਕੜਾ ਮੇਰਾ ਮੋਬਾਈਲ ਲਫਾਵੇ ਦੇ ਵਿੱਚ ਬੱਜਾ ਮਿਲੇਗਾ। ਔਰ ਚੰਗਾ ਸਾਸਤਰੀ ਗੱਲ ਪਰ ਮੈਂ ਮਾਨ ਨਹੀਂ ਕਰਦਾ ਉਹ ਕਹਿੰਦਾ ਸੀ ਕਿ ਮੈਂ ਉਸਲੇ ਰੱਬ ਦਾ ਤੇ ਪਤਾ ਨਹੀਂ ਲੇਕਿਨ ਥਲੜੇ ਰੱਬ ਨਾਲ ਗੱਲ ਕਰਕੇ ਚੱਲਿਆਂ ਮੈਂ ਵੀਰੇ ਜੇ ਤੂੰ ਮੁੰਨ ਇਨਾ ਮਾਨ ਦਿੱਤਾ ਤੂੰ ਮੇਰੇ ਵੀਡੀਓਸ ਵੀ ਵੇਖਦਾ ਮੈਂ ਅਪੀਲ ਕਰਦਾ ਰਹਿਣਾ ਕਿ ਪੁਲਿਸ ਹੱਤਮਤਿਆ ਨਾ ਕਰੋ ਜ਼ਿੰਦਗੀ ਦਾ ਨਾਮ ਹੈ ਜੀਣਾ ਜ਼ਿੰਦਗੀ ਦਾ ਨਾਮ ਹੈ ਸੰਘਰਸ਼ ਕਰਨਾ ਅਗਰ ਜਿੰਦਾ ਰਹੋਗੇ ਪਰਿਵਾਰ ਕੋਲ ਰਹੋਗੇ ਹਨਾ ਪਰਿਵਾਰ ਦੇ ਵਿੱਚ ਬੈਠੋਗੇ ਅਗਰ ਮੈਂ ਮੰਨ ਲਉ ਕਿ ਮੈਂ 5 ਲੱਖ ਰੁਪਏ ਦਾ ਦੇਣਾ ਹੈ ਤੇ ਮੇਰੇ ਪਿੱਛੇ 4 ਬੱਚੇ ਨੇ ਜੇਕਰ ਮੈਂ ਮਰ ਜਾਗਾ ਪੰਜ ਵੀ ਗਿਆ ਮੈਂ ਵੀ ਗਿਆ ਪਿਛਲੇ 4 ਮੈਂ ਹੋਰ ਮਾਰ ਚੱਲੇ ਆ ਜੀ ਅਗਰ ਮੈਂ ਜਿੰਦਾ ਰਵਾਂਗਾ ਘਟੋਟ ਪਰਿਵਾਰ ਤੇ ਸਿਰਤੇ ਤੇ ਰਵਾਂਗਾ ਸੋ ਇਹ ਇਹ ਚੀਜ਼ਾਂ ਨੇ ਮੈਂ ਬਹੁਤ ਲੋਕਾਂ ਨੂੰ ਅਪੀਲ ਕਰਦਾ ਰਿਹਾ ਨਾ ਅੱਜ ਤੁਹਾਡੇ ਮਾਧਿਅਮ ਤੋਂ ਵੀ ਹੱਥ ਜੋੜ ਕੇ ਤੁਹਾਡੇ ਚੈਨਲ ਤੋਂ ਅਪੀਲ ਕਰਦਾ ਕਿ ਪਲੀਜ਼ ਆਤਮ ਹੱਤਿਆ ਨਾ ਕਰੋ ਜ਼ਿੰਦਗੀ ਦਾ ਨਾਮੇ ਜੀਣਾ ਜ਼ਿੰਦਗੀ ਦਾ ਨਾਮੇ ਸੰਘਰਸ਼ ਕਰਨਾ ਜ਼ਿੰਦਗੀ ਦੇ ਵਿੱਚ ਲੜੋ ਔਰ ਜਿੱਤੋ ਆਤਮ ਹੱਤਿਆ ਨਾ ਕਰੋ ਸੋ ਇਹ ਬਣੀਆਂ ਚੀਜ਼ਾਂ ਨੇ ਜੋ वैसे ता मेरी पूरी लाइनअप ही दर्दनाक है कले कले। दे दे जी बहुत दर्द है मैं पीछे सिर्फ 5 ਦਿਨਾਂ ਦੇ ਵਿੱਚ ਜੀ 5 ਲਾਸ਼ਾਂ ਗੱਡੀਆਂ ਪੰਜੇ ਬੱਚੇ 16 ਤੋਂ 21 ਸਾਲ ਦੇ ਹਮ ਪੰਜੇ ਬੱਚੇ ਮਾਪਿਓ ਦੇ ਇਕੱਲੇ ਇਕੱਲੇ ਹਮ ਸਿਰਫ 40 50 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਔਰ ਤੁਸੀਂ ਯਕੀਨ ਕਰਿਓ ਜੇ ਇੱਕ 16 ਸਾਲ ਦਾ ਬੱਚਾ ਸਾਹਿਲ ਜੀ ਉਦੀ ਮੌਤ ਦਾ ਕਾਰਨ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਹੂੰ ਦੋ ਦਿਨ ਸਕੂਲੇ ਨਹੀਂ ਗਿਆ ਜੀ ਮਾਸਟਰਾਂ ਨੇ ਉਹਦੇ ਪਿਓ ਨੂੰ ਬੁਲਾਇਆ ਪਿਓ ਨੇ ਜਾ ਕੇ ਸਿਰਫ ਇੱਕ ਥੱਪੜ ਮਾਰਿਆ ਹੂੰ ਔਰ ਕਾਰਨ ਕਿ ਉਸ ਚੀਜ਼ ਦੀ ਮਾਫੀ ਵੀ ਮੰਗੀ ਕਿ ਬੇਟਾ ਕਰ ਤੈਨੂੰ ਮਹਿਸੂਸ ਹੋਇਆ ਨਾ ਸ਼ਾਇਦ ਮੇਰੇ ਤੋਂ ਹੀ ਗਲਤੀ ਹੋ ਗਈ ਕੁੰਡੀ ਬੰਦ ਕਰਕੇ ਮੇਰੇ ਦੋ ਮਾਰ ਲਾ ਪਰ ਰੋਟੀ ਖਾ ਪਲੀਸ ਰੋਟੀ ਖਾ ਤਾ ਰੋਟੀ ਕਿਉਂ ਨਹੀਂ ਖਾ ਰਿਆ ਕਹਿੰ ਲਗਾ ਚੰਗਾ ਪਾਪਾ 500 ਰੁਪਇਆ ਦੇ ਦਿਓ ਮੈਂ 12 ਕੁਛ ਖਾਣਾ 500 ਰੁਪਿਆ ਮੋਟਰਸਾਈਕਲ ਦੇ ਵਿੱਚ ਟੰਗੇ ਉਹ ਬੰਦਾ ਜੰਪ ਕਰ ਗਿਆ 16 ਸਾਲ ਦਾ ਬੱਚਾ ਮੈਂ ਤੇ ਹੈਰਾਨ ਆ ਕਿ ਅੱਜ ਕੱਲਾ ਕੱਲਾ ਬੱਚਾ ਲੋਕਾਂ ਨੇ ਰੱਖਿਆ ਹਮ ਅੱਜ ਮਾਪਿਓ ਕੋਲ ਇੰਨਾ ਵੀ ਫਰਜ਼ ਨਹੀਂ ਬਚਿਆ ਕਿ ਆਪਣੇ ਬੱਚੇ ਨੂੰ ਮਾੜੇ ਚੰਗੇ ਤੋਂ ਕਹਿ ਸਕੇ ਬਿਲਕੁਲ ਕਿਉਂਕਿ ਅਸੀਂ ਜਦੋਂ ਪਹਿਲਾਂ ਜੋ ਸਾਡਾ ਦੌਰ ਰਿਹਾ ਮਾਪੇ ਕੁੱਟ ਵੀ ਲੈਂਦੇ ਸੀ ਸਕੂਲ 'ਚ ਵੀ ਪੈ ਜਾਂਦੀ ਸੀ ਕੁੱਟ ਫਿਰ ਉਹ ਉਦਾਂ ਦੇ ਹੀ ਹੋ ਜਾਣਾ ਕੁਝ ਸਮੇਂ ਦੇ ਬਾਅਦ ਪਰ ਅੱਜ ਦੇ ਜਿਹੜੇ ਬੱਚੇ ਨੇ ਉਹਨਾਂ 'ਚ ਬਰਦਾਸ਼ਤ ਸ਼ਕਤੀ ਬੜੀ ਘਟ ਗਈ ਹੈ ਪਤਾ ਕੀ ਉਹਦੇ ਉਹਦੇ ਵਿੱਚ ਵੀ ਸਾਡੀਆਂ ਹੀ ਕਮੀਆਂ ਨੇ ਸਾਡੀਆਂ ਕਮੀਆਂ ਪਹਿਲਾਂ ਤੁਸੀਂ ਯਕੀਨ ਕਰੋ ਕਿ ਬੱਚੇ ਨੂੰ ਆਪਣੇ ਮਾਪਿਓ ਤੋਂ ਜ਼ਿਆਦਾ ਚਾਚੇ ਤਾਇੇ ਤੋਂ ਜ਼ਿਆਦਾ ਪਿੰਡ ਦੇ ਬੰਦੇ ਦਾ ਵੀ ਡਰ ਹੁੰਦਾ ਸੀ ਖੌਫ ਹੁੰਦਾ ਸੀ ਮੇਰੇ ਪਿੰਡ ਦਾ ਲੰਗ ਆ ਜੀ ਫਿਰ ਚਾਚੇ ਤਾਇਆ ਦਾ ਲੇਕਿਨ ਘਰਾਂ ਦੇ ਵਿੱਚ ਐਸੇ ਹਾਲਾਤ ਪੈਦਾ ਹੋ ਗਏ ਜਿਵੇਂ ਮੈਂ ਆ ਮੇਰਾ ਭਰਾ ਹੈ ਅਗਰ ਮੈਂ ਆਪਣੇ ਭਰਾ ਦੇ ਬੱਚੇ ਨੂੰ ਉਹੇ ਵੀ ਕਰਤਾ ਨਾ ਤੇ ਮੇਰੀ ਭਾਬੀ ਸਿੱਧਾ ਗਈ ਕਹਿੰਦੀ ਮਰੇ ਬੱਚੇ ਮੇਰਾ ਤੇਰੀ ਹਿੰਮਤ ਕਿਵੇਂ ਹੋਈ ਤੂੰ ਇਹਨੂੰ ਹੱਥ ਲਾਤਾ ਹੂੰ ਤੇ ਜਦੋਂ ਅਸੀਂ ਬੱਚੇ ਦੇ ਸਿਰ ਤੋਂ ਮਾਪਿਓ ਦਾ ਚਾਚੇ ਤਾਇਆ ਦਾ ਵੱਡੇ ਛੋਟੇ ਦਾ ਖੌਫ ਆਫ ਹੀ ਖਤਮ ਕਰਤਾ ਤਾਂ ਫਿਰ ਬੱਚਿਆਂ ਦੇ ਇੱਧਰ ਨੂੰ ਚੱਲਣਾ ਇਹ ਨਾਰਮਲ ਚੀਜ਼ਾਂ ਆ ਹੂੰ ਜੀ ਮਾਪੇ ਦਾ ਕਸੂਰ ਮੰਨਦੇ ਹੂੰ ਕਿਉਂਕਿ ਅੱਜ ਦੇ ਅੱਜ ਦੇ ਟਾਈਮ ਦੇ ਵਿੱਚ ਬੱਚੇ ਹੀ ਇਹਨੇ ਸੋਲ ਕਰ ਦਿੱਤੇ ਅਸੀਂ ਕਿ ਉਹ ਕਿਸੇ ਚੀਜ਼ ਨੂੰ ਬਰਦਾਸ਼ਤ ਹੀ ਨਹੀਂ ਕਰਦੇ ਈਵਨ ਮਾਪੇ ਦੀ ਝਿੜਕ ਨੂੰ ਵੀ ਬਰਦਾਸ਼ਤ ਨਹੀਂ ਕਰਦੇ ਜੀ ਬਿਲਕੁਲ ਜੀ ਬਿਲਕੁਲ ਇਹਨਾ ਇਹੀ ਹੈ ਜੀ ਮਾਪਿਓ ਸਦਾ ਬੱਚੇ ਵੱਲ ਵਿੰਦਾ ਪਰ ਅੱਜਕਲ ਬੱਚੇ ਆਪਣੇ ਮਾਪਿਓ ਵਾਲੀ ਵੇਖ ਰਹੇ ਇਹ ਚਿੰਤਾ ਦਾ ਕਾਰਨ ਹੈ ਔਰ ਇਸ ਚੀਜ਼ ਤੇ ਮੈਂ ਚਾਹਨਾ ਵਾ ਕਿ ਨੌਜਵਾਨ ਬੱਚੇ ਵੇਖੋ ਲੱਖਾਂ ਦੁਆਵਾਂ ਨਾਲ ਮੰਦਿਰਾਂ ਮਸਜਿਦਾਂ ਗੁਰਦਵਾਰਿਆਂ ਚ ਨੰਗੀ ਪੈਰੀ ਰਹਿ ਰਹਿ ਕੇ ਸੁਖਣਾ ਸੁਖ ਸੁੱਕੇ ਇੱਕ ਮਾਂ ਬੱਚਾ ਲੈਂਦੀ ਔਰ ਖਾਸ ਕਰਕੇ ਬੱਚਾ ਉਹ ਉਮਰ ਚਾਣ ਕੇ ਜਦੋਂ ਇਹੋ ਜਿਹਾ ਕੰਮ ਕਰਦੇ ਜਦੋਂ ਹਰ ਮਾਂ ਨੂੰ ਉਹਦਾ ਜਵਾਨ ਹੁੰਦਾ ਖਾਸਾ ਮਣੇ ਦੇਦਾ ਵੀ ਸ਼ੁਕਰ ਹੈ ਮੈਨੂੰ ਮੇਰੇ ਨਾਲ ਰਲ ਗਿਆ ਮੈਨੂੰ ਇਹਦਾ ਸੋਖ ਹੋ ਜਾਦਾ ਜਦੋਂ ਇਹ ਸੂਮਰ ਚਾਣ ਕੇ ਬੱਚਾ ਇਹੋ ਜਿਹਾ ਕੰਮ ਕਰਦਾ ਤਾਂ ਮੰਨ ਕੇ ਚੱਲੋ ਕਿ ਉਹਦਾ ਜੋ ਮਾਪਿਓ ਦੀ ਬਚੀ ਜ਼ਿੰਦਗੀ ਏ ਸਿਰਫ ਇੱਕ ਜਿੰਦਾ লাশ ਦੀ ਤਰ੍ਹਾਂ ਸਿਰਫ ਉਹ ਕੜਤ ਔਰ ਜੋ ਮੈਂ ਪੰਜ ਬੱਚਿਆਂ ਦਾ ਜ਼ਿਕਰ ਕੀਤਾ ਉਹਦੇ ਵਿੱਚੋਂ ਇੱਕ ਬੱਚਾ ਸੀ ਜੋ ਕੁਰਖੇਤਰ ਦੇ ਇੱਕ ਸਰਕਾਰੀ ਮਲਾਜ਼ਮ ਦਾ ਬੱਚਾ ਸੀ ਸਸਕਾਰ ਕਰਦੇ ਹੋਇਆ ਉਹਦੇ ਦਾਦੇ ਨੇ ਸਿਰਫ ਇੱਕ ਪੈਰ ਪੁੱਛੇ ਪਟਿਆ ਔਰ ਉਹਦਾ ਦਾਦਾ ਤੁਰੰਤ ਖਤਮ ਜੀ ਦੋ ਮੋਤਾ ਹੋ ਗਿਆ ਹੂੰ ਸੋ ਇਹ ਚੀਜ਼ਾਂ ਨੇ ਦਰਦਨਾ ਕਿੰਨੀਆਂ ਚੀਜ਼ਾਂ ਦੇ ਕੋਸ ਉਸ ਸਮਾਜ ਕੋਸ਼ਿਸ਼ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਮੋਬਾਈਲਾਂ ਤੋਂ ਬਾਹਰ ਕੱਢ ਕੇ ਉਹਨਾਂ ਨਾਲ ਗੱਲਾਂ ਬਾਤਾਂ ਕਰਨ ਦੀ ਉਹਨਾਂ ਨਾਲ ਪਿਆਰ ਮੁਹੱਬਤ ਕਰਨ ਦੀ ਕੋਈ ਚੀਜ਼ਾਂ ਪੁੱਛਣੀਆਂ ਕੋਈ ਕੋਈ ਚੀਜ਼ਾਂ ਦੱਸਣੀਆਂ ਇਹਨਾਂ ਚੀਜ਼ਾਂ ਵੱਲ ਧਿਆਨ ਜ਼ਰੂਰ ਦੇਣਾ ਚਾਹੀਦਾ ਹੂੰ ਥੋੜਾ ਜਿਹਾ ਪਿੱਛੇ ਚੱਲਦੇ ਹਾਂ ਤੁਸੀਂ ਕਿਹਾ ਕਿ ਜਦੋਂ ਤੁਸੀਂ ਇਹ ਕੰਮ ਸ਼ੁਰੂ ਕੀਤਾ ਉਸ ਤੋਂ ਬਾਅਦ ਵਿਆਹ ਹੋ ਜਾਂਦਾ ਹੈ ਪਰਿਵਾਰ ਇੱਕ ਬਣ ਜਾਂਦਾ ਹੈ ਤਾਂ ਪਰਿਵਾਰ ਇਸ ਚੀਜ਼ ਦੇ ਉੱਤੇ ਇਤਰਾਜ਼ ਕਰਦਾ ਹੈ ਜੀ ਕਿਉਂਕਿ ਜਿਹੜਾ ਘਰ ਦਾ ਮੋਢੀ ਹੁੰਦਾ ਨਾ ਤਾਂ ਪਰਿਵਾਰ ਨੂੰ ਉਮੀਦਾਂ ਵੀ ਬਹੁਤ ਹੁੰਦੀਆਂ ਤੁਹਾਡਾ ਆਪਣਾ ਪਰਿਵਾਰ ਵੀ ਹੋਏਗਾ ਕਿਉਂਕਿ ਮੈਂ ਜਦੋਂ ਇੰਟਰਵਿਊ ਬਾਰੇ ਸਰਚ ਕਰੀ ਸੀ ਤਾਂ ਫਿਰ ਮੈਨੂੰ ਪਤਾ ਲੱਗਿਆ ਕਿ ਤੁਹਾਡੀਆਂ ਆਪਣੀਆਂ 4 ਬੱਚੇ ਜੀ ਜੀ ਬਿਲਕੁਲ 4 ਬੱਚੇ ਤੁਹਾਡੇ ਖੁਦ ਦੇ ਨੇ ਤਾਂ ਲੱਗਿਆ ਨਹੀਂ ਕਿ ਇਹ ਸੇਵਾ ਕਰਕੇ ਤਾਂ ਘਰ ਨਹੀਂ ਚੱਲਣਾ ਕੁਝ ਹੋਰ ਕਰਨਾ ਪੈਣਾ ਜੀ ਜੀ ਬਿਲਕੁਲ ਔਏ ਇਹ ਸੱਚ ਹੈ ਕਿ ਮੈਂ ਕੁਝ ਸਮੇਂ ਪਹਿਲਾਂ ਸੇਵਾ ਛੱਡ ਵੀ ਦਿੱਤੀ ਸੀ ਜੀ ਲੇਕਿਨ ਤੁਸੀਂ ਯਕੀਨ ਕਰਿਓ ਕਿ ਲੋਕਾਂ ਦੇ ਅੰਦਰ ਇੰਨਾ ਵਿਸ਼ਵਾਸ ਮੇਰੇ ਪ੍ਰਤੀ ਬਣ ਚੁੱਕਿਆ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਲੇਕਿਨ ਇੱਕ ਦਾਅਵੇ ਨਾਲ ਗੱਲ ਪਰਮਾਤਮਾ ਨੂੰ ਯਾਦ ਕਰਕੇ ਕਹਿੰਦਾ ਕਿ ਅਸੀਂ ਇੰਡੀਆ ਦੇ ਵਿੱਚ ਅਗਰ ਕੋਈ ਫ੍ਰੀ ਕਰਨ ਦੇ ਆ ਤੇ ਸਿਰਫ ਮੈਂ ਕਰਨ ਦੇ ਆ ਇਸ ਚੀਜ਼ ਦੇ ਵੀ ਬਸ ਮੈਂ ਨਹੀਂ ਕਿਸੇ ਨੂੰ ਉਹ ਪਰਿਵਾਰ ਦੇ ਲੋਕ ਆਪੇ ਕਮਾ ਲੱਖਾਂ ਰੁਪਈਆਂ ਚ ਜੀ ਜੀ ਲੋਟੇ ਮਰਿਆਂ ਨੂੰ ਵੀ ਉਹਨਾਂ ਦੀ ਖਲ ਲਾਈ ਜਾ ਰਹੀ ਬਿਲਕੁਲ ਮੈਂ ਛੱਡਤਾ ਔਰ ਉਸ ਦੌਰ ਦੇ ਵਿੱਚ ਇੱਕ ਹਰਿਆਣਾ ਦੇ ਵਿੱਚ ਕਿ ਦੋ ਬੱਚੇ ਡੁੱਬ ਗਏ ਸੀ ਜੀ ਜਦੋਂ ਮੈਂ ਛੱਡਤਾ ਮੈਂ ਫੋਨ ਬੰਦ ਕਰਤਾ ਉਹਨਾਂ ਦੀ ਮਾਂ ਉਥੋਂ ਸਿੱਧਾ ਮੇਰੇ ਘਰ ਆ ਗਈ ਕਰ ਲੱਭਦੀ ਹੋਈ ਔਰ ਆ ਕੇ ਮੇਰੀ ਮਾਂ ਤੇ ਉਹਨੇ ਪੈਰ ਫੜ ਲਏ ਔਰ ਰੋਣ ਲੱਗੀ ਕਹਿੰਦੀ ਮਾਤਾ ਜਿਵੇਂ ਦੀ ਤੂੰ ਮਾਂ ਐ ਐਵੇਂ ਦੀ ਮੈਂ ਵੀ ਮਾਂ ਵਾਂ ਜੀ ਮੈਂ ਤੇਰੇ ਪਰਗਟ ਤੋਂ ਜਿੰਦਾ ਲੈਣ ਨਹੀਂ ਆਈ ਹਮਮ ਸਿਰਫ ਆਖਰੀ ਵਾਰ ਆਪਣੇ ਬੱਚਿਆਂ ਦੀ ਮਿੱਟੀ ਲੈਣ ਆਈ ਹਮ ਆਖਰੀ ਵਾਰ ਲਾਸ਼ ਮਿਲ ਜੇਗੀ ਮਾਤੀ ਸਭ ਕੁਝ ਕਰ ਲਾਂਗੀ ਮੇਰਾ ਸਬਰ ਹੋ ਜਾਏਗਾ ਮਾਂ ਕਿਉਂਕਿ ਇਹ ਵੀ ਬਹੁਤ ਵੱਡਾ ਸੱਚ ਏ ਜੀ ਕਿ ਨਹਿਰਾ ਦੀ ਮੌਤ ਦੇ ਵਿੱਚ ਇੱਕ ਇਹ ਸੱਚ ਏ ਕੀ ਸਾਰੀ ਉਮਰ ਲਾਸ਼ਾਂ ਆਖਰੀ ਵਾਰ ਆਪਣੇ ਪਰਿਵਾਰਾਂ ਤੱਕ ਨਹੀਂ ਪਹੁੰਚਦੀਆਂ ਅੱਜ ਵੀ ਮੈਂ 507 ਲਾਸ਼ਾਂ ਪੂਲੀਆਂ ਦੇ ਵਿੱਚ ਕਵਾੜਾਂ ਦੇ ਵਿੱਚ ਪਈਆਂ ਇਨਸਾਨੀ ਲਾਸ਼ਾਂ ਹਮ ਜੋ ਪਈਆਂ ਪਈਆਂ ਖਤਮ ਹੋ ਜਾਂਦੀਆਂ ਕੁੱਤੇ ਖਾ ਜਾਂਦੇ ਨੇ ਕੀੜੇ ਖਾ ਜਾਂਦੇ ਨੇ ਔਰ ਉੱਥੇ ਪਈਆਂ ਪਈਆਂ ਔਰ ਮਾਪਿਓ ਸਾਰੀ ਉਮਰ ਵਿਚਾਰਾ ਤੜਫਦਾ ਹੀ ਮਰ ਜਾਂਦਾ ਜੀ ਸੋ ਉਹ ਕਹਿਣ ਲੱਗੀ ਜੀ ਮੈਂ ਆਖਰੀ ਵਾਰ ਫਿਰ ਮੇਰੀ ਮਾਂ ਵੀ ਰੋਈ ਪੋਤਾ ਮਨ ਫਿਰ ਉਹਨੇ ਕਹਤਾ ਲਾ ਪ੍ਰਗਟ ਮਹਾਰਾਜ ਜਾਣੇ ਆਪੀ ਜੋ ਹੋਏਗਾ ਹੋਏਗਾ ਪਰ ਤੂੰ ਤੂੰ ਜਾ ਮਹਾਰਾਜ ਨੇ ਤੈਨੂੰ ਇਹ ਗੁਣ ਦਿੱਤਾ ਫਿਰ ਉਹਵੇਂ ਬੱਚੇ ਕੱਢ ਕੇ ਆਇਆ ਜੀ ਜਿਵੇਂ ਕਹਿੰਦੇ ਨੇ ਕਿ ਰੱਬ ਫਲ ਦਿੰਦਾ ਇੱਕ ਕਹਾਵਤਾਂ ਜੋ ਪੁਰਾਣੇ ਬਜ਼ੁਰਗਾਂ ਨੇ ਪਾਈਆਂ ਸੀ ਉਹ ਸੱਚੀਆਂ ਸੀ ਜੀ ਤਾਂ ਫਿਰ ਉਸ ਤੋਂ ਬਾਅਦ ਇੱਕ ਸਮਾਂ ਆਇਆ ਚੱਲਦੇ ਚੱਲਦੇ ਫਿਰ ਅਨਮੋਲ ਵੀਰਜੋ ਹਾਂਜੀ ਉਹਨਾਂ ਦਾ ਮੇਰਾ ਪੋਡਕਾਸਟ ਹੋਇਆ ਜੀ ਤੇ ਉਹਨਾਂ ਨੇ ਜਦੋਂ ਪੋਡਕਾਸਟ ਤੋਂ ਵਿੱਚ ਫਰਦੇਸ਼ ਅਮਦੇਸ਼ਾ ਚ ਬੜੇ ਭੈਣ ਭਰਾ ਜੁੜੇ ਜੀ ਹੋਰ ਅੱਜ ਦੀ ਗੱਲ ਕਰਾਂ ਤੇ ਜਿਵੇਂ ਮੇਰੀ ਗੁੜੀਆਂ ਨੇ ਚਾਰੇ ਉਹਨਾਂ ਦੀ ਪੜ੍ਹਾਈ ਬਿਲਕੁਲ ਫ੍ਰੀ ਏ ਹਮ ਇੱਕ ਯੂਐਸਏ ਵਿੱਚ ਲਬਾਨਾ ਸਿੱਖ ਪਰਿਵਾਰ ਹੈ ਕਮਲਪ੍ਰੀਤ ਬਾਈ ਸ਼ਾਹਬਾਦ ਬਰਾੜੇ ਦਾ ਜੀ ਉਹ ਮੇਰੇ ਬੱਚਿਆਂ ਦੀ ਫੀਸ ਦੇ ਰਿਹਾ ਮਨਪ੍ਰੀਤ ਬਾਜੀ ਕੈਥਲ ਤੋਂ ਏ ਉਹ ਟਿਊਸ਼ਨ ਵਗੈਰਾ ਦੀ ਫੀਸ ਦੇ ਰਿਹਾ ਪ੍ਰਿੰਸ ਜਗਰਾਉ ਮੁੰਡਾ ਉਹ ਮੇਰੇ ਕਿਤਾਬਾਂ ਬੱਚਿਆਂ ਦੀਆਂ ਸਾਰਾ ਕੁਝ ਵਿਚਾਰਾ ਫ੍ਰੀ ਦੇ ਰਿਹਾ ਉਹਦਾ ਡੈਡੀ ਬਿਜਲੀ ਬੋਰਡ ਚ ਲੱਗਾ ਹੈ ਨਿਸ਼ਕਾਮ ਸੇਵਾ ਸੁਸਾਇਟੀ ਅੰਮ੍ਰਾਲਾ ਜੀ ਉਹ 5 ਤੋਂ 6000 ਰੁਪਇਆ ਮੇਰੇ ਘਰ ਦਾ ਖਰਚਾ ਦੇ ਰਹੇ ਨੇ ਸੋਦਾ ਪੱਤੇ ਦਾ ਖਰਚਾ ਦੇ ਰਹੇ ਨੇ ਹੋਰ ਬੜੀਆਂ ਸੰਸਥਾਵਾਂ ਨੇ ਹੋਰ بڑے ਦੇਸ਼ਾਂ ਦੇਸ਼ਾਂ ਚੋਂ ਭੈਣ ਭਰਾ ਨੇ ਸਿਰਫ ਉਹਨਾਂ ਦੇ ਹੀ ਕਹਿਣਾ ਕਿ ਪ੍ਰਗਟ ਵੀਰ ਤੂੰ ਇਹ ਸੇਵਾ ਨਾ ਛੱਡੀ ਜੀ ਅਸੀਂ ਇਹ ਦਰਦ ਸਮਝਦੇ ਆਂ ਅਸੀਂ ਇਹ ਚੀਜ਼ਾਂ ਚੋਂ ਨਿਕਲ ਕੇ ਆਏ ਆਂ ਔਰ ਖਾਸ ਕਰਕੇ ਵੀ ਤੇਰੇ ਕੱਲੇ ਦੇ ਕਰਨ ਕਰਕੇ ਜਦੋਂ ਚੈਨਲ ਬੋਲਦੇ ਨੇ ਸਰਦਾਰ ਜੀ ਸਿੱਖ ਸਾਹਿਬ ਪ੍ਰਗਟ ਸਿੰਘ ਜੀ ਪਹੁੰਚੇ ਹੈਨਾ ਤਲ ਮਦਦ ਸਾਨੂੰ ਇਥੇ ਦੇਸ਼ਾਂ ਵਿਦੇਸ਼ਾਂ 'ਚ ਆਪਣੇ ਆਪ ਤੇ ਮਾਨ ਹੁੰਦਾ ਹੈ ਵੀ ਖਾਸ ਕਰਕੇ ਐਸੇ ਦੌਰ ਦੇ ਵਿੱਚ ਜਦੋਂ ਇੱਕ ਸਰਦਾਰ ਨੂੰ ਵੇਖ ਕੇ ਸਿੱਧਾ ਕਹਿ ਦਿੱਤਾ ਜਾਂਦਾ ਖਾਲੀ ਸਤਾਨੀ ਜੀ 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 ਇਹ ਸੱਚੇ ਝੂਠ ਤੇ ਨਹੀਂ ਜੀ ਵੀ ਉਸ ਦੌਰ ਦੇ ਵਿੱਚ ਤੂੰ ਮੈਂ ਯਕੀਨ ਕਰਿਓ ਜੀ ਮੈਨੂੰ ਲਾਸ਼ ਕੱਢਣ ਤੋਂ ਮਹੀਨਾ ਬਾਅਦ ਵੀ ਪਤਾ ਨਹੀਂ ਹੁੰਦਾ ਵੀ ਇਹ ਕਿਸ ਧਰਮ ਦਾ ਬੱਚਾ ਸੀ ਕਿਸ ਸਮਾਜ ਦਾ ਮੈਨੂੰ ਉਸ ਚੀਜ਼ ਦਾ ਕੋਈ ਮਤਲਬ ਨਹੀਂ ਮੈਂ ਇਹ ਵੀ ਗੱਲ ਮਾਨਣਾ ਕਹਿੰਦਾ ਕਿ ਮੈਨੂੰ ਪ੍ਰਾਊਡ ਹੈ ਕਿ ਮੈਂ ਸਰਦਾਰ ਆ ਮੈਂ ਸਿੱਖ ਆ ਪਰ ਲੇਕਿਨ ਮੈਂ ਇਨਸਾਨੀਅਤ ਨੂੰ ਜ਼ਿਆਦਾ ਪਿਆਰ ਕਰਦਾ ਇਹ ਸੱਚ ਹੈ ਕਿ ਜੇਕਰ 300 ਬੰਦਾ ਖੜਾ ਹੈ ਤਾਂ ਉਹਨਾਂ ਵਿੱਚ ਇੱਕ ਸਰਦਾਰ ਜਾ ਰਿਹਾ ਦਾੜੀ ਪੱਗ ਵਾਲਾ ਲੇਕਿਨ ਮੈਂ ਇਨਸਾਨੀਅਤ ਨੂੰ ਪਿਆਰ ਕਰਦਾ ਹਾਂ ਇਨਸਾਨੀਅਤ ਦੀ ਸੇਵਾ ਨਿਭਾਨਾ ਤੇ ਜਦੋਂ ਤੁਸੀਂ ਇਨਸਾਨੀਅਤ ਨੂੰ ਪਿਆਰ ਕਰਦੇ ਆ ਤਾਂ ਫਿਰ ਪੂਰੀ ਦੁਨੀਆ ਪੂਰਾ ਦੇਸ਼ ਆਪਾਂ ਨੂੰ ਪਿਆਰ ਕਰਦਾ ਬਿਲਕੁਲ ਬਿਲਕੁਲ ਕਹਿੰਦੇ ਨੇ ਨਾ ਕਿ ਸਰਦਾਰ ਦੀ ਕੋਈ ਜਾਣ ਪਛਾਣ ਕਰਾਉਣੀ ਕੋਈ ਉਸ ਚੀਜ਼ ਦੇ ਮੋਤਾਜ ਨਹੀਂ ਹੁੰਦੇ ਜਿੱਥੇ ਵੀ ਰਹਿਣ ਆਪਣੀ ਪਛਾਣ ਆਪ ਹੀ ਬਣਾ ਲੈਂਦੇ ਨੇ ਸੋ ਲੋਕ ਜਦੋਂ ਸਰਦਾਰ ਜੀ کہہ ਕੇ ਬੁਲਾਉਂਦੇ ਨੇ ਤਾਂ ਇੱਕ ਮਾਣ ਜਿਹਾ ਮਹਿਸੂਸ ਹੁੰਦਾ ਹੈ ਕਿ ਮੈਂ ਇੱਕ ਅਲੱਗ ਪਛਾਣ ਬਣਾਈ ਹੈ ਮੈਂ ਕਹਿੰਦਾ ਜੀ ਦੋ ਦੋ ਤਿੰਨ ਤਿੰਨ ਸੌ ਬੰਦਾ ਵੀ ਖੜਾ ਹੁੰਦਾ ਜਦੋਂ ਬੱਚਾ ਕੱਢੀ ਦਾ ਤੇ ਉਹਨਾਂ ਦਾ ਸ਼ਬਦ ਇੱਕ ਹੀ ਹੁੰਦਾ ਸਰਦਾਰਾ ਬਾਰੇ ਸੁਣਿਆ ਥਾ ਜੀ ਅੱਜ ਦੇਖ ਵੀ ਲਿਆ ਜੀ ਵੀ ਵਾਕਿ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਹੈ ਤੁਸੀਂ ਹੀ ਕਿਸੇ ਦੇ ਨਾਲ ਖੜ ਸਕਦੇ ਹੋ ਜੀ ਪਰ بڑے ਲੋਕ ਐਸਾ ਥਾ ਮਹਾਰਾਜ ਜੀ ਦਾ ਰਣਜੀਤ ਸਿੰਘ ਦਾ ਰਾਜ ਇਹ ਹੈ ਅਸਲੀ ਸਰਦਾਰ ਇਹ ਹੁੰਦੇ ਹਨ ਸਿੱਖ ਲੋਕ ਭੋਂਕਤੇ ਹਨ ਸਰਦਾਰ ਕਰਕੇ ਦਿਖਾਤੇ ਇਹੋ ਜੇ ਕਮੈਂਟ ਪੈਣਪਰਾ ਜਦੋਂ ਕਰਦੇ ਨੇ ਜਿਹਦੇ ਵਿੱਚ ਮੇਰੇ ਗੁਰੂ ਦੀ ਵਡਿਆਈ ਏ ਮੇਰੇ ਕੌਮ ਦੀ ਵਡਿਆਈ ਏ ਮੇਰੀ ਪੰਜਾਬੀਅਤ ਦੀ ਕਮਾਈ ਏ ਤੇ ਫਿਰ ਮਾਨ ਮਹਿਸੂਸ ਹੁੰਦਾ ਹੈ ਔਰ ਬਹੁਤ ਪੈਣਪਰਾ ਜੁੜੇ ਨੇ ਮੈਂ ਉਹਨਾਂ ਵਾਸਤੇ ਵੀ ਅਰਦਾਸ ਕਰਾਂਗਾ ਦੇਸ਼-ਵਦੇਸ਼ਾਂ 'ਚ ਜੋ-ਜੋ ਪੈਣਪਰਾ ਜੁੜੇ ਨੇ ਉਹ ਇਸੇ ਤਰ੍ਹਾਂ ਜੁੜੇ ਰਹਿਣ ਤਾਂ ਕਿ ਅਸੀਂ ਵੀ ਇਹ ਇਨਸਾਨੀਅਤ ਦੀ ਸੇਵਾ ਨਿਭਾ ਕੇ ਪੂਰੀ ਦੁਨੀਆ ਨੂੰ ਦੱਸ ਸਕੀਏ ਕਿ ਸਰਦਾਰ ਜਾਂ ਸਿੱਖ ਲੋਕ ਹੋਂਦ ਬਿਲਕੁਲ ਮੈਨੂੰ ਅਸਲ ਦੇ ਵਿੱਚ ਜਦੋਂ ਮੈਂ ਕਿਉਂਕਿ ਮੇਰਾ ਪ੍ਰੋਗਰਾਮ ਹੈ ਸਲਾਮੇ ਜ਼ਿੰਦਗੀ ਤੇ ਇਹਦੇ ਵਿੱਚ ਬਹੁਤ ਸਾਰੇ ਲੋਕ ਇਸ ਇੰਟਰਵਿਊ ਦੇ ਵਿੱਚ ਆਉਂਦੇ ਨੇ ਗੱਲਬਾਤ ਕਰਦੇ ਆਂ ਅਸੀਂ ਉਹਨਾਂ ਦੇ ਨਾਲ ਤਾਂ ਮੈਨੂੰ ਖਾਸ ਕਰਕੇ ਮੇਰੇ ਭਰਾ ਨੇ ਤੁਹਾਡਾ ਇੱਕ ਵੀਡੀਓ ਜਿਹੜਾ ਉਹ ਸ਼ੇਅਰ ਕੀਤਾ ਜੋ ਤੁਸੀਂ ਜੋ ਸਟ੍ਰੋਕ ਦੇ ਉੱਤੇ ਕੀਤਾ ਸੀਗਾ ਤਾਂ ਉਹਨੇ ਸਪੈਸ਼ਲੀ ਲਿਖ ਕੇ ਪਾਇਆ ਕਿ ਤੂੰ ਇਹਨਾਂ ਦਾ ਇੰਟਰਵਿਊ ਜ਼ਰੂਰ ਕਰਨਾ ਹੈ ਜੀ 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 ਅੱਜ ਦੀ ਨੌਜਵਾਨੀ ਬਹੁਤ ਸੁਣਦੀ ਹੈ ਤੁਹਾਡੀ ਬਹੁਤ ਵੀਡੀਓਜ਼ ਤੁਹਾਡੀਆਂ ਦੇਖਦੀ ਹੈ ਜੀ 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 ਬਿਲਕੁਲ ਵੇ ਸੱਚੇ ਕੀ ਜਦੋਂ ਮੈਂ ਕੋਈ ਵੀਡੀਓ ਕਰਦਾ ਜਾਂ ਕੋਈ ਲਾਸ਼ ਕੱਢਦਾ ਤਾਂ ਲੋਕ ਕਮੈਂਟ ਕਰਦੇ ਨੇ ਜੀ ਕਿ ਪ੍ਰਗਟ ਭਾਜੀ ਮੈਂ ਕੱਲ ਨਹਿਰ ਤੇ ਗਿਆ ਸਾਂ ਲੇਕਿਨ ਮੈਂ ਮੈਨੂੰ ਮੇਰੀ ਮਾਂ ਦੀ ਸੋਂ ਮੈਂ ਵਾਦਾ ਕਰਦਾ ਵੀਰ ਅੱਜ ਤੋਂ ਬਾਅਦ ਮੈਂ ਨਹਿਰ ਤੇ ਨਾ ਨੀ ਜਾਵਾਂਗਾ ਹਮ ਬੜੇ ਲੋਕ ਕਮੈਂਟ ਕਰਦੇ ਵੀਰ ਮੈਂ ਚੱਪਲ ਲਾ ਲਈ ਸੀ ਜੀ ਮੋਬਾਈਲ ਧਰਤਾ ਸੀ ਲੇਕਿਨ ਤੁਹਾਡੀ ਵੀਡੀਓ ਵੇਖੀ ਸੁਣਿਆ ਕਿ ਤੁਸੀਂ ਕਿਵੇਂ ਦੱਸ ਦਿਓ ਵੀ ਪਰਿਵਾਰ ਰੋਂਦਾ ਰੁਲਦਾ ਤੇ ਵੀਰ ਮੈਂ ਆਤਮ ਹੱਤਿਆ ਨਹੀਂ ਕੀਤਾ ਮੈਂ ਠੀਕ ਆ ਮੈਂ ਘਰ ਚੱਲ ਗਿਆ ਸ਼ੁਕਰ ਵੇਖੋ ਚੰਗੀ ਚੀਜ਼ ਜੀ ਨੂੰ ਸੁੰਨਾ ਜੀ ਆਪਾਂ ਹੁਣ ਥੋੜਾ ਦੂਜੇ ਪਾਸੇ ਚਲੀਏ ਅਗਰ ਮੈਨੂੰ ਨਹੀਂ ਲੱਗਦਾ ਉਹ ਗੱਲ ਮੈਨੂੰ ਕਰਨੀ ਚਾਹੀਦੀ ਪੰਜਾਬ ਦੇ ਵਿੱਚ ਇੱਕ ਕਪਲ ਬਹੁਤ ਜ਼ਿਆਦਾ ਵਾਇਰਲ ਹੋਇਆ ਜੀ ਜੀ ਹੋਇਆ ਜੀ ਉਹ ਵਾਇਰਲ ਕੀਤਾ ਕਿਨੇ ਉਹ ਉਸੇ ਕੀਤਾ ਉਹਨਾਂ ਦੇ ਵੀਡੀਓ ਵੇਖੋ ਵੇਖੋ ਇੱਕ ਪਾਸੇ ਤਾਂ ਤੁਸੀਂ ਉਹਨਾਂ ਨੂੰ ਕਹੀ ਜਾਂਦੇ ਹੋ ਗਲਤ ਦੂਜੇ ਪਾਸੇ ਉਹਨਾਂ ਦੀ ਵੀਡੀਓ ਦੇ ਥੱਲੇ 41 42 ਹਜ਼ਾਰ ਤੁਸੀਂ ਸ਼ੇਅਰ ਕਰੀ ਜਾਂਦੇ ਹੋ ਜੀ ਲਾਈਕ ਕਰੀ ਜਾਂਦੇ ਹੋ ਇੱਕ ਚੰਗਾ ਵੀਡੀਓ ਜੋ ਕੋਈ ਕਰਮੀ ਧਰਮੀ ਸੰਤ ਕੋਈ ਜਿਵੇਂ ਗੁਰਪ੍ਰੀਤ ਪਾਜੀ ਨੇ ਜਾਂ ਜਿਹੜੇ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਉਹਨਾਂ ਦਾ ਵੀਡੀਓ ਦੇ ਵਿਊ ਵੇਖੋ ਔਰ ਜੋ ਇਹੋ ਜਿਹੇ ਲੋਕ ਨੇ ਹੁਣ ਪੰਜਾਬ 'ਚ ਬੜੇ ਐਸੇ ਲੋਕ ਨੇ ਇੱਕ ਵਿਊ ਲੈਣ ਵਾਸਤੇ ਜਰਾਨੀ ਨੂੰ ਭੈਣ ਜੀ ਤੇ ਜਰਾਨੀ ਬੰਦੇ ਨੂੰ ਭਰਾ 90 90 ਸਾਲ ਦੀ ਬੁੱਢੀ ਉਹਦਾ ਪੋਤਰਾ ਜਿਹੜੀ ਉਮਰ 90 ਸਾਲ ਦੀ ਉਮਰ ਉਹ ਬੁੱਢੀ ਦੇ ਮੂੰਹ RAM ਵੈਗਰੂ ਨਿਕਲਣਾ ਚਾਹੀਦਾ ਉਹ ਆਈ ਲਵ ਯੂ ਕਹੀ ਜਾਂਦੀ ਹਮ ਮਾਫ ਕਰਨਾ ਜੇ ਮੈਂ ਗਲਤ ਚੱਲ ਪਾ ਉਹ ਹੀ ਅਸੀਂ ਸ਼ੇਅਰ ਕੀ ਹੈ ਨਾਲੇ ਤੁਸੀਂ ਸ਼ੇਅਰ ਕਰੀ ਜਾਂਦੇ ਹੋ ਨਾਲੇ ਲੱਖਾਂ ਕਰੋੜਾਂ ਨਾਲ ਲਾਈਕ ਦੇ ਜਾਂਦੇ ਨਾਲੇ ਤੁਸੀਂ ਇਹਨਾਂ ਨੂੰ ਗਲਤ ਕਹਿੰਦੇ ਅਰ ਤੁਸੀਂ ਉਹਨਾਂ ਦੇ ਵੀਡੀਓ ਵੇਖਣਾ ਬੰਦ ਕਰ ਦੋ ਹਮ ਸਪੋਸ ਕਰੋ ਮੈਂ ਗਲਤ ਆ ਮੈਂ ਵੀਡੀਓ ਵੇਖੀ ਅਰ ਸ਼ਾਮਾ ਤੀਕਰ ਮੇਰਾ ਇੱਕ ਹੀ ਲਾਈਕ ਉਹ ਵੀ ਮੇਰਾ ਹੈ ਤੇ ਮੈਂ ਕੱਲ ਨੂੰ ਆਪਣੇ ਆਪ ਨਹੀਂ ਮੋਬਾਈਲ ਛੱਡ ਦਾਂਗਾ ਬਿਲਕੁਲ ਤੇ ਆਪਣੇ ਆਪਣੀ ਉਗੰਧ ਸੋਸ਼ਲ ਮੀਡੀਆ ਤੋਂ ਪਾਸੇ ਹੋ ਜਾਏਗਾ ਜਦੋਂ ਪਾਣ ਤੋਂ ਬਾਅਦ ਘੰਟੇ ਬਾਅਦ ਅਗਲਾ ਨੈਟ ਖੋਲਦਾ ਤੇ ਲੱਖਾਂ ਲਾਈਕ ਤੇ ਕਰੋੜਾਂ ਸ਼ੇਅਰ ਤੇ ਉਹਨੇ ਕੱਲ ਨੂੰ ਉਹਨੇ ਫਿਰ ਵੇਖੋ ਉਹੀ ਕਪਲ ਲੈ ਜੋ ਮੈਂ ਨਾ ਨਹੀਂ ਲਿੰਦਾ ਜੀ ਜੀ ਹੁਣ ਕਿੰਨੇ ਕਮੈਂਟ ਉਹਨਾਂ ਦੇ ਪੜੋ ਤੁਸੀਂ ਜੀ ਲੇਕਿਨ ਉਹਨਾਂ ਨੇ ਧਾਰ ਲਿਆ ਹੂੰ ਕਿ ਤੁਸੀਂ ਜੋ ਮਰਜ਼ੀ ਕਰੀ ਜਾਓ ਜੀ ਸਾਡੀ ਇਹ ਲਾਈਨ ਅਪ ਹੈ ਅਸੀਂ ਹੁਣੇ ਕਰਨੇ ਕਰ ਤਰਾਸਦੀ ਮੰਨਦੇ ਹੋ ਮੈਂ ਮੰਨਦਾ ਔਰ ਮੈਂ ਅਪੀਲ ਕਰਦਾ ਪੰਜਾਬ ਦੇ ਵਿੱਚ ਬਹੁਤ ਤਾਕਤ ਹੈ ਜੀ ਵੇਖੋ ਇਹ ਵੀ ਸੱਚ ਹੈ ਹੋਰ ਕੋਈ ਵੀ ਇੰਡੀਆ ਦਾ ਦੇਸ਼ ਜਾਂ ਸੌਰੀ ਰਾਜ ਕੋਈ ਕੋਸ਼ਿਸ਼ ਕਰਦਾ ਲੋਕ ਜਿਆਦਾ ਉਹਨੂੰ ਇੰਟਰਸਟ ਨਹੀਂ ਹੈ ਲੇਕਿਨ ਪੰਜਾਬ ਜੋ ਵੀ ਕਰਦਾ ਉਹਨੂੰ ਦੁਨੀਆ ਵੇਂਦੀ ਦੁਨੀਆ ਵੇਂਦੀ ਵੇਖਦੀ ਹੈ ਨਾ ਪੰਜਾਬ ਨੂੰ ਦੁਨੀਆ ਵੇਂਦੀ ਪੰਜਾਬ ਦੇ ਵਿੱਚੋਂ ਉੱਡੀ ਗੱਲ ਹਰਿਆਣੇ 'ਚੋਂ ਉੱਡੀ ਗੱਲ ਹਰਿਆਣੇ ਹਰਿਆਣੇ 'ਚ ਸ਼ਾਮਾ ਤੱਕਰ ਫੈਲਦੀ ਲੇਕਿਨ ਪੰਜਾਬ ਦੀ ਇੱਕ ਤਾਂ ਠੀਕ ਜਿਹੜੀ ਨਾ ਉਹ ਉੱਥੇ ਵੱਜੇ ਤੇ ਅਮਰੀਕਾ ਚੋਂ ਦਾ ਮੈਸੇਜ ਚੱਲਿਆ ਜਾਂਦਾ ਸੋ ਮੈਂ ਹੀ ਅਪੀਲ ਕਰਾਂਗਾ ਇਹਨਾਂ ਲੋਕਾਂ ਨੂੰ ਸਪੋਰਟ ਨਾ ਕਰੋ ਇਹਨਾਂ ਦੇ ਵੀਡੀਓ ਵੇਖਣੇ ਬੰਦ ਕਰ ਦਿਓ ਉਹਨਾਂ ਨੂੰ ਅਨਫੋਲੋ ਕਰ ਦਿਓ ਆਪਣੇ ਆਪ ਸੁਧਰ ਜਾਣਗੇ ਜਦੋਂ ਉਹਨਾਂ ਨੂੰ ਅਸੀਂ 42 42000 ਸ਼ੇਅਰ ਕਰਕੇ ਦਵਾਂਗੇ ਤਾਂ ਉਹ ਕੱਲ ਨੂੰ ਉਹ ਵੀਡੀਓ ਪਾਏਗਾ ਹੀ ਪਾਏਗਾ ਸੋ ਅਗਰ ਆਪਣੀ ਗੱਲ ਤੇ ਵਾਪਸ ਆਈਏ ਤਾਂ ਮੈਂ ਇਹੀ ਕਹਾਂਗਾ ਕਿ ਬਹੁਤ ਲੋਕ ਪਿਆਰ ਕਰਦੇ ਨੇ ਮਰਨ ਤੋਂ ਪਹਿਲਾਂ ਹੁਣ ਲੋਕ ਸੋਚਦੇ ਵੀ ਨਹੀਂ ਨੇ ਸਮਝਦੇ ਵੀ ਨਹੀਂ ਨੇ ਆਪਣੇ ਪਰਿਵਾਰਾਂ ਵੱਲ ਵੀ ਵੇਖਦੇ ਨੇ ਔਰ ਉਹਨਾਂ ਦਾ ਮੈਂ ਇਹੀ ਸ਼ੁਕਰੀਆ ਕਰਾਂਗਾ। ਹੂੰ। ਔਰ ਜੋ ਸਟੋਕ ਦੀ ਜਿਹੜੀ ਵੀਡੀਓ ਤੁਹਾਡੇ ਕੋਲ ਮੈਨੂੰ ਲੱਗਦਾ ਪਹੁੰਚੀ ਹੋਣੀ ਇਹਦੇ ਵਿੱਚ ਮੈਂ ਇੱਕ ਸੱਚੀ ਕਿ ਜੋ ਨਹਿਰਾਂ ਦੇ ਵਿੱਚੋਂ ਜੀ ਜਦੋਂ ਲੇਡੀਜ਼ ਬੋਡੀ ਮਿਲਦੀ ਹੈ ਕਿਸੇ ਭੈਣ ਦੀ ਜੀ ਬਿਲਕੁਲ ਮੈਂ ਹੀ ਸੀ ਗਲਤੀ ਆਣ ਲੱਗੀ ਸੀ ਕਿਉਂਕਿ ਤੁਸੀਂ ਇੱਕ ਵੱਡਾ ਅੰਕੜਾ ਦੱਸਿਆ ਜਿਹੜੀਆਂ ਲਾਸ਼ਾਂ ਤੁਹਾਨੂੰ ਮਿਲਦੀਆਂ ਤਾਂ ਉਹਨਾਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਲੋਕ ਤੁਹਾਨੂੰ ਮਿਲਦੇ ਹੋਣੇ ਬੱਚੇ, ਬਜ਼ੁਰਗ, ਕੁੜੀਆਂ, ਧੀਆ ਭੈਣਾ ਜਦੋਂ ਕੁੜੀਆਂ ਦੀਆਂ ਲਾਸ਼ਾਂ ਮਿਲਦੀਆਂ ਅਲੱਗ ਅਲੱਗ ਹਾਲ ਦੇ ਵਿੱਚ ਕਿਉਂਕਿ ਅਸੀਂ ਵੀ ਨਿਊਜ਼ ਦੇ ਵਿੱਚ ਦੇਖਦੇ ਹਾਂ ਜਾਂ ਸਾਡੇ ਕੋਲ ਵੀ ਕੁਝ ਵੀਡੀਓਜ਼ ਆਉਂਦੀਆਂ ਤਾਂ ਬਹੁਤ ਬੁਰੇ ਹਾਲਾਤਾਂ ਦੇ ਵਿੱਚ ਜੀ ਬਿਲਕੁਲ 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 ਤੁਸੀਂ ਉਹਨਾਂ ਨੂੰ ਕਿਵੇਂ ਦੇਖਦੇ ਹੋ ਵੇਖੋ ਜੀ ਪਹਿਲਾਂ ਤੇ ਇਹੀ ਹੈ ਜੀ ਪਰਮਾਤਮਾ ਕਰਨ ਕਰਾਉਣ ਵਾਲਾ ਹੈ ਜੀ ਮੈਂ ਜਦੋਂ ਕਿਸੇ ਲੇਡੀਸ ਭੈਣ ਦੀ লাশ ਮਿਲਦੀ ਤਾਂ ਅਕਸਰ ਉਹਨਾਂ ਦੇ ਕੱਪੜੇ ਥੱਲੇ ਪਾੜ ਜਾਂਦੇ ਨੇ ਥੱਲੇ ਸਪੈਦੇ ਤਾਰਾਂ ਪਤਾ ਨਹੀਂ ਕੀ ਕੁਛ ਹੈ ਔਰ ਉਹ লাশ ਨਗਨ ਹੋ ਜਾਂਦੀ ਹੈ ਮੈਂ 126 27 ਪੱਗਾਂ ਆਪਣੇ ਸਿਰ ਤੋਂ ਲਾ ਕੇ ਉਹਨਾਂ ਭੈਣਾਂ ਦੇ ਸਰੀਰ ਤੇ ਟੱਕਦਾ ਉਹਨਾਂ ਦੇ ਪਰਿਵਾਰ ਆਣ ਤੋਂ ਪਹਿਲਾਂ ਜੀ ਕਿਉਂਕਿ ਵਿਖੋ ਚਾ ਲਾਸ਼ ਹੈ ਚਾ ਜਿੰਦਾ ਹੈ ਹਰ ਪਿਓ ਹਰ ਪ੍ਰਾਪਣੀ ਭੈਣ ਨੂੰ ਇਸ ਤਰ੍ਹਾਂ ਵੇਖਣਾ ਨਹੀਂ ਵੇਖ ਸਕਦਾ ਔਰ ਹੋਰ ਜੋ ਗੋਤਾਖੋਰ ਨੇ ਜੋ ਵੀਡੀਓਸ ਪਾਉਂਦੇ ਨੇ ਫੋਟੋ ਪਾਉਂਦੇ ਨੇ ਮੈਂ ਉਹਨਾਂ ਨੂੰ ਵੀ ਅਪੀਲ ਕਰਦਾ ਔਰ ਅੱਜ ਫੇਰ ਕਰਦਾ ਕਿ ਜਦੋਂ ਵੀ ਕਿਸੇ ਧੀ ਭੈਣ ਦੀ ਲਾਸ਼ ਨਹਿਰ ਦੇ ਵਿੱਚ ਮਿਲਦੀ ਉਹਨੂੰ ਨਗਨ ਅਵਸਥਾ ਦੇ ਵਿੱਚ ਸ਼ੇਅਰ ਨਾ ਕੀਤਾ ਜਾਏ ਪਹਿਲਾਂ ਉਹਦੇ ਸਰੀਰ ਨੂੰ ਟੱਕਿਆ ਜਾਏ ਉਸ ਤੋਂ ਬਾਅਦ ਉਹਦਾ ਫੋਟੋ ਸ਼ੇਅਰ ਕੀਤਾ ਜਾਂਦਾ ਸੀ ਤੇ ਇਹ ਵੀ ਇੱਕ ਸੇਵਾ ਪਰਮਾਤਮਾ ਨੇ ਕਰਾਈ 80 ਸੀ ਸਾਲਾਂ ਦੇ ਬਜ਼ੁਰਗ ਮਿਲਦੇ ਨੇ ਔਰ ਮੇਰਾ ਤਾਂ ਖੈਰ ਹੁਣ ਮਨ ਇੰਨਾ ਪੱਕਾ ਹੋ ਗਿਆ ਕਿ ਮੇਰਾ ਮਨ ਤਾਂ ਸਿਰਫ ਹੁਣ ਇੱਕ ਹੀ ਲਾਸ਼ ਵੇਖ ਕੇ ਡੋਲਦਾ ਜੋ 80 ਸਾਲ ਤੋਂ ਉੱਤੇ ਮੈਨੂੰ ਮਿਲਦਾ ਜੀ ਔਰ ਪਰਿਵਾਰ ਵੀ ਜਦੋਂ ਮਿਲਦੇ ਨੇ ਠੀਕ ਸੀ ਜੀ ਸਵੇਰੇ ਗੁਰਦੁਆਰੇ ਗਿਆ ਜੀ 4 ਵਜੇ ਚਾਹ ਪੀਤੀ ਜੀ 5 ਵਜੇ ਬੋਟੀ ਨੇ ਪਿੰਨੀਆਂ ਦਿੱਤੀਆਂ ਜੀ ਅੱਛਾ ਜੀ ਠੀਕ ਹੈ ਜੀ ਅਗਰ ਗੁਰਦੁਆਰੇ ਗਿਆ ਸੀ ਵੋਟੀ ਨੇ ਪਿੰਨੀ ਦਿੱਤੀ ਮੰਦਰ ਗਿਆ ਗੁਰ ਸਾਰਾ ਕੁਝ ਠੀਕ ਸੀ ਫਿਰ ਯਾਰ 80 ਸਾਲ ਦੇ ਬਜ਼ੁਰਗ ਨੂੰ ਨਹਿਰ ਚ ਆਤਮ ਹੱਤਿਆ ਕਿਉਂ ਕਰਨੀ ਪੈ ਗਈ ਜੀ ਇਸ ਕਿਉਂ ਦਾ ਜਵਾਬ ਅਜ ਤੱਕ ਕੋਈ ਨਹੀਂ ਦੇ ਪਾਇਆ ਹੂੰ ਅਗਰ ਆਪਾਂ ਹੁਣ ਚਾਰ ਲੋਕ ਸਟੂਡੀਓ 'ਚ ਬੈਠੇ ਹਾਂ ਆਪਾਂ ਠੀਕ ਆ ਠੀਕ ਆ ਨਾ ਹਲਾਸ ਖੇਡ ਰਹੇ ਹਾਂ ਹੁਣ ਮੈਂ ਵੇਖਾਂ ਲਾ ਲਾਈਟ ਨੂੰ ਹੱਥ ਲਾਇਓ ਕੋਈ ਹੂੰ ਲਾ ਦੇਗਾ ਨਹੀਂ ਲਾ ਨਹੀਂ ਲਗਾਏਗਾ 80 ਸਾਲ ਤੱਕ ਆਪਣੇ 80 ਸਾਲ ਦਾ ਪਿੱਛੇ ਇਮੇਜਨ ਕਰਕੇ ਵੇਖੋ ਸਮਾਂ ਕੀ ਸੀ ਜੀ ਜੀ ਆਪਣੇ ਪਿਓ ਦੀ ਗੱਲ ਕਰੋ ਤੁਸੀਂ ਆਪਣੇ ਦੀ ਕਰੋ ਆਪਣਾ ਪਿਓ ਨੰਗੇ ਪੈਰੀ ਵੀ ਰਿਆ ਬਿਲਕੁਲ ਗਰੀਬੀ ਵੀ ਵੇਖੀ ਇੱਕ ਟਾਈਮ ਰੋਟੀ ਖਾਦੀ ਹਣੀ ਕੱਚੇ ਘਰ ਚ ਵੀ ਰਿਆ ਗੋਏ ਚਿਕੜ ਚ ਵੀ 80 ਸਾਲ ਤੱਕ ਜੀ ਆਪਣੇ ਬੱਚੇ ਨੂੰ ਪਾਲ ਕੇ ਉਹਨੂੰ ਮੁਕਾਮ ਤੇ ਪਹੁੰਚਾ ਕੇ ਵਿਆਹ ਕੇ ਉਹਨੂੰ ਸਟੈਂਡ ਕਰਕੇ ਜੀ ਆਖਰ ਉਹ ਪਿਓ ਫਿਰ 80 ਸਾਲ ਬਾਅਦ ਤੇ ਉਹਨੂੰ ਰਾਜਾ ਬਣ ਦੇਣਾ ਚਾਹੀਦਾ ਲੇਕਿਨ ਉਹ 80 ਸਾਲ ਦੀ ਉਮਰ 'ਚ ਜਾ ਕੇ ਜੰਪ ਕਰ ਲੈਂਦਾ ਹੂੰ ਇਹਦਾ ਕਾਰਨ ਵੀ ਕਿਸੇ ਕੋਲ ਨਹੀਂ ਹੈ ਹੂੰ ਇਹ ਜਵਾਬ ਕਿਸੇ ਕੋਲ ਨਹੀਂ ਹੈ ਵੀ 80 ਸਾਲ ਤੱਕ ਆਪਣੇ ਪਰਿਵਾਰ ਨੂੰ ਨੰਗੇ ਪਾਰੀ ਰਹਿ ਕੇ ਭੁੱਖਾ ਨਾ ਰਹਿ ਕੇ ਪਾਲਣ ਵਾਲਾ ਪਿਓ 80 ਸਾਲ ਦੀ ਉਮਰ 'ਚ ਕਿਉਂ ਮਰ ਜਾਂਦਾ ਹੂੰ ਇਹ ਚੀਜ਼ਾਂ ਨੇ ਦੋ ਖੁੰਦਾ ਜਦੋਂ 80 90 ਸਾਲ ਦਾ ਬਜ਼ੁਰਗ ਚਿੱਟੀ ਦਾੜੀ ਇਹ ਮਾਤਾ ਕੋਈ ਘਾਤਰਾ ਪਾਇਆ ਹੁੰਦਾ ਚਿੱਟੇ ਸੂਟ ਪਾਏ ਹੁੰਦੇ ਨੇ ਉਹਨਾਂ ਦੇ ਵਿਸ਼ਭੂਸ਼ਾ ਵੀ ਸੋਹਣੀ ਹੁੰਦੀ ਹੈ ਦਾੜੇ ਪ੍ਰਕਾਸ਼ ਹੁੰਦੇ ਨੇ ਲੇਕਿਨ ਫਿਰ ਵੀ ਉਹ ਨਹਿਰਾਂ 'ਚ ਮਰੀ ਜਾਂਦੇ ਨੇ ਸੋ ਇਹ ਚੀਜ਼ਾਂ ਤੇ ਵੀ ਸੋਚਣ ਦੀ ਲੋੜ ਹੈ ਬਿਲਕੁਲ ਜਿਹੜੀਆਂ ਤੁਹਾਨੂੰ ਲਾਸ਼ਾਂ ਮਿਲਦੀਆਂ ਹਨ ਪ੍ਰਗਟ ਸਿੰਘ ਜੀ ਤੁਸੀਂ ਉਹਨਾਂ ਦੀ ਪਛਾਣ ਕਈ ਵਾਰੀ ਕਰਨੀ ਔਖੀ ਹੋ ਜਾਂਦੀ ਹੈ ਕੁਝ ਕੁ ਦਾ ਤੁਸੀਂ ਕਹਿੰਦੇ ਹੋ ਕਿ ਸਮਾਨ ਜਿਹੜਾ ਨਹਿਰ ਦੇ ਕੰਡੇ ਤੇ ਮਿਲ ਜਾਂਦਾ ਹੈ ਆਪਣੀ ਕੋਈ ਪਛਾਣ ਛੱਡ ਜਾਂਦਾ ਹੈ ਪਰ ਜਿਨ੍ਹਾਂ ਦੀ ਪਛਾਣ ਹੀ ਨਹੀਂ ਹੁੰਦੀ ਫਿਰ ਉਹਨਾਂ ਲਾਸ਼ਾਂ ਦਾ ਕੀ ਹੁੰਦਾ ਵੇਖੋ ਜੀ ਮੇਰਾ 24 ਸਾਲਾਂ ਤੋਂ ਮਿਸ਼ਨ ਰਿਹਾ ਕਿ ਹਰ ਵਾਰਿਸ ਲਵਾਰਿਸ ਲਾਸ਼ ਨੂੰ ਆਖਰੀ ਵਾਰ ਨਹਿਰ ਦੇ ਵਿੱਚੋਂ ਕੱਢ ਕੇ ਜੀ ਉੱਤਿਆਂ ਕੀੜਿਆਂ ਤੋਂ ਬਚਾ ਕੇ ਪੁਲਿਸ ਤੱਕ ਪਹੁੰਚਾਣਾ ਜੀ ਔਰ ਉਸ ਤੋਂ ਬਾਅਦ ਆਖਰੀ ਵਾਰ ਉਹਨਾਂ ਦੇ ਪਰਿਵਾਰਾਂ ਤੱਕ ਪਹੁੰਚਾਣਾ ਜੀ ਔਰ ਪਤਾ ਨਹੀਂ ਕਿੰਨੀਆਂ ਗੁਲਾਸ਼ਾਂ ਨੇ ਜੋ ਸੋਸ਼ਲ ਮੀਡੀਆ ਜਾਂ ਪ੍ਰੈਸ ਦੇ ਮਾਧਿਅਮ ਤੋਂ ਆਖਰੀ ਵਾਰ ਆਪਣੇ ਘਰਾਂ ਤੱਕ ਪਹੁੰਚੀਆਂ ਵੀ ਨਹੀਂ ਜੀ ਲੇਕਿਨ ਅਗਰ ਕੋਈ ਬਾਡੀ 4 ਦਿਨ ਦੀ 5 ਦਿਨ ਦੀ ਹੈ ਜੀ ਉਹਦੇ ਹੱਥ ਦੇ ਉੱਤੇ ਕੋਈ ਨਾਮ ਨਿਸ਼ਾਨ ਹੈ ਉਹਦੇ ਪਾਏ ਹੋਏ ਕੱਪੜੇ ਆਪਾਂ ਬੋਲਦੇ ਆ ਤਾਂ ਪਰਿਵਾਰਾਂ ਤੱਕ ਪਹੁੰਚ ਜਾਂਦਾ ਜੀ ਲੇਕਿਨ ਜੋ 10 12 15 ਦਿਨ ਪੁਰਾਣੀ ਲਾਸ਼ ਦੇਦੇ ਸਿਰ ਤੋਂ ਵਾਲ ਉੱਡ ਗਏ ਕੱਪੜੇ ਉੱਤਰ ਗਏ ਜੀ ਦਾ ਇਹ ਨਹੀਂ ਪਤਾ ਵੀ ਵਿਚਾਰਾ ਕੌਣ ਹੈ ਲੇਕਿਨ ਮੈਂ ਉਸ ਮਿੱਟੀ ਨੂੰ ਵੀ ਕਢਾ ਕੇ ਪੁਲਿਸ ਤੱਕ ਪਹੁੰਚਾਣਾ ਕਿਉਂਕਿ ਆਖਰੀ ਵਾਰ ਆਪਣੇ ਇੱਕ ਕਹਾਵਤ ਹੈ ਕਿ ਜਾਂ ਤੈਨੂੰ ਅੱਗ ਨਾ ਮਿਲੇ ਜੀ ਮੈਂ ਕਹਣਾ ਜੀ ਆਖਰੀ ਵਾਰ ਜਿਹੜਾ ਅੱਗ ਤੱਕ ਵੀ ਪਹੁੰਚ ਜੇ ਨਾ ਉਹ ਵੀ ਕਰਮਾਂ ਵਾਲਾ ਰਹੂ ਹੈ ਹਾਂ ਕਿਉਂਕਿ ਬਾਲਾ ਸ਼ਾਂ ਸੀ ਦੇਖਦੇ ਆਂ ਔਰ ਮੈਂ ਕਈ ਵਾਰ ਜੋ লাশ ਮਿਲਦੀ ਏ ਡੈਮੇਜ ਹੋ ਜਾਂਦੀ ਮੈਂ ਉਹਦੇ ਨਾਲ ਗੱਲਾਂ ਕਰਦਾ ਯਾਰ ਤੂੰ ਪਤਾ ਨਹੀਂ ਪਿੰਡ ਦਾ ਸਰਪੰਚ ਹੂੰ ਪਤਾ ਨਹੀਂ ਤੂੰ ਤੇਰੇ ਮੁੰਡੇ ਅਮਰੀਕਾ ਚ ਨੇ ਤੇਰੇ ਪੋਤਰੇ ਆਸਟ੍ਰੇਲੀਆ ਚ ਨੇ ਪਤਾ ਨਹੀਂ ਪਰ ਅੱਜ ਇਹ ਆਪਣੀ ਜ਼ਿੰਦਗੀ ਦਾ ਸੱਚ ਵੇਖ ਤੇਰੀ ਮਿੱਟੀ ਨਾਲ ਕੀ ਹੁੰਦਾ ਪਿਆ ਤੈਨੂੰ ਕੁੱਤੇ ਖਾਂਦੇ ਕੀੜੇ ਖਾਂਦੇ ਇਹ ਵੀ ਜ਼ਿੰਦਗੀ ਦਾ ਸੱਚ ਹੂੰ ਆਪਣੇ ਆਪ ਨੂੰ ਚੌਧਰੀ ਘੁਆਣ ਵਾਲਾ ਬੰਦਾ ਵੀ ਆਖਰੀ ਵਾਰ ਆਖਰੀ ਸਮਾਂ ਕੋਈ ਖੁ ਜਵਾਨੀ ਦੇ ਵਿੱਚ ਤਾਂ ਆਪਾਂ ਸਾਰੇ ਤੁਰੇ ਫਿਰਦੇ ਆ ਇਹ ਵੀ ਸੱਚ ਏ ਕੀ ਬਚਪਨ ਜਵਾਨੀ ਦੀ ਵੈਲਿਊ ਨਹੀਂ ਮਨੂੰ ਲੱਗਦਾ ਹੁਣ ਜ਼ਿੰਦਗੀ ਦੀ ਵੈਲਿਊ ਉਹ ਦੀ ਏ ਜਿਹੜਾ 60 ਤੋਂ ਬਾਅਦ ਵੀ ਜਿਹਦੀ ਕੋਈ ਦੇਖਭਾਲ ਕਰਨ ਵਾਲਾ ਹੈਗਾ ਜਿਹਨੂੰ ਕੋ ਪੁੱਛਣ ਕਿਛਣ ਵਾਲਾ ਜਦੋਂ ਹੱਥ ਪੈਰ ਨੈਣ ਪ੍ਰੈਣ ਹੁਣ ਅੱਜ ਦੀ ਮੈਂ ਆਪਣੀ ਗੱਲ ਕਰਾਂ ਤੇ ਅੱਜ ਪੂਰੀ ਦੁਨੀਆ 'ਚ ਆਰਾਮ ਸਲਾਮੇ ਇੱਜ਼ਤ ਕਰਦਾ ਪ੍ਰਸ਼ਾਸਨ ਪੁਲਿਸ ਕੋਈ ਐਸਾ ਬੰਦਾ ਨਹੀਂ ਕੋਈ ਐਸਾ ਹਸਪੀਟਲ ਨਹੀਂ ਲੇਕਿਨ ਮਜ਼ਾ ਤੇ ਉਦੋਂ ਨਾ ਜਦੋਂ ਮੇਰੇ ਹੱਥ ਪੈਰ ਖਲੋ ਜਾਣਗੇ ਉਸ ਤੋਂ ਬਾਅਦ ਵੀ ਮੈਨੂੰ ਕੋਈ ਜਾਣੇ ਬਿਲਕੁਲ ਲੇਕਿਨ ਉਹ ਤਾਂ ਕੋਈ ਨਹੀਂ ਜਾਣਦਾ ਕਿਉਂਕਿ ਅੱਜ ਕੱਲ ਤਾਂ ਆਪਣੇ ਜਿਹੜੇ ਨਹਿਰਾ ਦਾ ਸੀਸਾ ਚਾਲਾ ਨੇ ਮਿਲਣ ਦੇ ਇਹ ਪਿਓ ਹੀ ਨੇ ਬੱਚਿਆਂ ਦੇ ਇਹਨਾਂ ਦੇ ਵੀ ਬਾਗ ਪਰਿਵਾਰ ਨੇ ਹੂੰ ਤਾਂ ਇਹ ਬੜੀ ਜ਼ਰੂਰੀ ਚੀਜ਼ ਏ ਵੀ ਐਂਡ ਤੱਕ ਆਪਣੀ ਜ਼ਿੰਦਗੀ ਨੂੰ ਸੰਭਾਲ ਕੇ ਔਰ ਆਪਣੇ ਸਰੀਰ ਨੂੰ ਸੰਭਾਲ ਕੇ ਪਰਿਵਾਰਾਂ ਦੇ ਵਿੱਚ ਰੱਖ ਕੇ ਬਹਿਣਾ ਸੋ ਇਹ ਬੜੀਆਂ ਚੀਜ਼ਾਂ ਨੇ ਜੋ ਨਹਿਰਾ ਦੀ ਮੌਤ ਏ ਇਸੇ ਕਰਕੇ ਕਿਹਾ ਮੈਂ ਜ਼ਿੰਦਗੀ ਦੀ ਸਭ ਤੋਂ ਇੱਕ ਇੱਕ ਮਹੀਨਾ 20 20 ਦਿਨ 25 25 ਦਿਨ ਜਨਰੇਟਰ ਲਾਣੇ ਤਾਰਾ ਲਾਣੀਆਂ ਹੁਣੇ 1 ਮਹੀਨਾ ਤੇ ਮੈਂ ਕਹਿੰਦਾ ਡੇਢ ਹੀ ਹੋ ਗਿਆ ਇੱਕ ਕੁੜੀ ਮੇਰੇ ਅੰਬਾਲਾ ਤੋਂ ਡਿੱਗੀ ਏ ਉਹਦੀ ਮਾਂ ਤੁਸੀਂ ਯਕੀਨ ਕਰੋ ਟੈਂਪੂ ਤੇ ਜੀ ਸਵੇਰੇ ਅੱਜ ਵੀ ਨਿਕਲਦੀ ਏ ਰੋहतक ਹਰਿਆਣਾ करनाल ਮਨਰਵਾਣਾ ਕਿਤੋਂ ਨੂੰ ਮੈਸੇਜ ਆ ਜਾਏ ਵੀ ਅੱਜ ਕੁੜੀ ਦੀ লাশ ਫਲਾਣੀ ਜਗ੍ਹਾ ਮਿਲੀ ਉਹ ਕਰਮਾ ਵਾਲੀ ਉੱਥੇ ਪਹੁੰਚ ਮੈਂ ਉਹ ਦਿਨ ਉਹਦਾ ਮੈਂ ਨੰਬਰ ਹੀ ਬਲੌਕ ਛੋੜਤਾ ਮੈਂ ਪੈਣ ਮੈਂ ਤੈਨੂੰ ਨੰਬਰ ਕਿਉਂ ਪਾਗਲ ਹੋ ਗਈ ਡੇਢ ਮਹੀਨਾ ਬਹੁਤ ਜ਼ਿਆਦਾ ਏ ਕਹਿੰਦੀ ਕੀ ਕਰਾਂ ਜਦੋਂ ਥੋੜੀ ਜਿਹੀ ਅੱਖ ਲੱਗਦੀ ਏ ਤੇ ਇੰਜ ਲੱਗਦਾ ਜਿਵੇਂ ਨਹਿਰ ਚ ਮੇਰੀ ਕੁੜੀ ਡੁੱਬਨ ਦੀ ਔਰ ਮੇਰੇ ਵਾਲਾ ਹੱਥ ਕਰਨ ਦੀ ਨਹੀਂ ਬੈਠਾ ਜਾਂਦਾ ਹੂੰ ਫਿਰ ਉਹ ਮਾਂ ਜੋ ਆਸਟਾਫ ਸੀਧੀ ਏ ਮੇਰੇ ਖਾਲਚੋਂ ਕੁੜੀ ਦੇ ਨਾਲ ਹੀ ਸਾਲ 6 ਮਹੀਨੇ ਚ ਉਹਨੇ ਚੱਲ ਜਾਣਾ ਉਹ ਬੱਚੇ ਕੀ ਨਹੀਂ ਡੇਢ ਮਹੀਨਾ ਥੋੜਾ ਹੁੰਦਾ ਕਿ ਟੈਂਪੂ ਦੇ ਆਪਣੀ ਕੁੜੀ ਦੀ ਲਾਸ਼ ਆਖਰੀ ਵਾਰ ਲੱਭਣਾ ਇਸ ਕਰਕੇ ਮੈਂ ਕਹਿੰਨਾ ਕਿ ਜ਼ਿੰਦਗੀ ਦੀ ਸਭ ਤੋਂ ਦਰਦਨਾਕ ਮੌਤ ਏ ਨੇਰਾ ਵਾਲੀ ਬੰਦਿਆਂ ਕੀ 2 ਮਿੰਟ ਦਾ ਜਿਹੜਾ ਗੁੱਸਾ ਹੈ ਕਿਉਂਕਿ ਜਿਹੜਾ ਵੀ ਬੰਦਾ ਸੁਸਾਈਡ ਕਰਨ ਆਉਂਦਾ ਹੈ ਉਹ ਕਿਸੇ ਨਾ ਕਿਸੇ ਚੀਜ਼ ਤੋਂ ਜਾਂ ਤਾਂ ਉਹ ਡਿਪਰੈਸ਼ਨ ਦੇ ਵਿੱਚ ਹੁੰਦਾ ਹੈ ਜਾਂ ਕੋਈ ਲੜ ਕੇ ਆਇਆ ਹੁੰਦਾ ਹੈ ਜਾਂ ਗੁੱਸੇ ਦੇ ਵਿੱਚ ਆਉਂਦਾ ਉਹ 2 ਮਿੰਟ 5 ਮਿੰਟ ਦਾ ਗੁੱਸਾ ਜਿਹੜਾ ਜਾਨ ਲੈ ਲੈਂਦਾ ਉਹ ਪਿੱਛੇ ਪਰਿਵਾਰ ਨੂੰ ਵੀ ਖਤਮ ਕਰਕੇ ਚਲਾ ਜਾਂਦਾ ਹੈ ਕਿਉਂਕਿ ਮਾਪੇ ਜਿਸ ਤਰ੍ਹਾਂ ਤੁਸੀਂ ਹੁਣੇ ਦੱਸਿਆ ਕਿ ਡੇਢ ਮਹੀਨੇ ਤੋਂ ਮਾਂ ਆਪਣੀ ਬੱਚੀ ਨੂੰ ਲੱਭ ਰਹੀ ਹੈ ਪਰ ਜਦੋਂ ਉਸ ਬੱਚੀ ਨੇ ਸੁਸਾਈਡ ਕੀਤਾ ਹੋਣਾ ਜਦੋਂ ਉਹਨੇ ਨਹਿਰ ਦੇ ਵਿੱਚ ਇਹ ਛਾਲ ਮਾਰੀ ਹੋਣੀ ਹੈ ਤਾਂ ਉਹਦਾ ਕੁਝ ਪਲ ਦਾ ਗੁੱਸਾ ਉਹਦੀ ਮਾਂ ਨੂੰ ਵੀ ਪਿੱਛੇ ਖਤਮ ਕਰਕੇ ਚਲਾ ਗਿਆ ਬਿਲਕੁਲ ਜੀ ਬਿਲਕੁਲ ਬੱਚਿਆਂ ਦੀਆਂ ਲਾਸ਼ਾਂ ਲੱਭਦੇ ਲੱਭਦੇ ਪਿਓ ਮਰ ਗਏ ਨੇ ਜੀ ਬੱਚੇ ਨਾਂਦੇ ਨੇ ਹੁਣ ਮੈਂ ਬੜੀ ਅਪੀਲ ਕਰਦਾ ਚਲੋ بڑے ਲੋਕ ਹੁਣ ਸਮਝਦੇ ਵੀ ਨਹੀਂ ਗਰਮੀਆਂ ਦੇ ਵਿੱਚ ਜੀ ਹਰ ਪੁਲ ਦੇ ਉੱਤੇ 100-100 ਬੱਚਾ ਆਨੰਦ ਆ। ਹੋਰ ਐਡੀ ਬੇਕੂਫੀ ਹੁੰਦੀ ਏ ਕਿ ਅਗਰ 10 ਨਾਣ ਆ ਗਏ ਤੇ 10ਾਂ ਦੇ ਵਿੱਚੋਂ ਨੋਵਾਂ ਨੂੰ ਤਿਰਨਾ ਨਹੀਂ ਆਂਦਾ। ਹੂੰ ਜਿਹੜੇ ਇੱਕ ਨੂੰ ਤਿਰਨਾ ਆਂਦਾ ਉਹ ਇਹ ਨਹੀਂ ਕਹਿੰਦਾ ਕਿ ਮੈਂ ਨਹਾ ਲਾਂ ਤੁਸੀਂ ਉਹ ਘਰ ਆ ਜਾਓ ਮੈਂ ਖੜਾ। ਹੂੰ ਫਿਰ ਜਦੋਂ ਜੱਫੀ ਪੈਂਦੀ ਆ ਕਿੰਨੇ ਮਾਮਲੇ ਹੋਏ ਨੇ ਪੰਜਾਬ 'ਚ। ਜੀ ਫਲਾਣਾ ਜੀ ਸਾਲਾ ਜੀ ਜੜ ਡੁੱਬ ਗਿਆ ਜੀ ਪਿਓ ਪੁੱਤਰ ਇੱਕ ਦੂਜੇ ਨੂੰ ਕੱਢਦੇ ਡੁੱਬ ਗਏ ਜੀ। ਵੇਖੋ ਕਿਸ ਨੂੰ ਕੱਢਣ ਲੱਗਿਆ ਚਲੋ ਅੱਜ ਇਹ ਵੀ ਗੱਲ ਚੱਲ ਗਈ ਮੈਂ ਤੁਹਾਡੇ ਮਾਧਿਅਮ ਤੋਂ ਇਹੀ ਅਪੀਲ ਕਰਦਾ ਇਹ ਵੀ ਬਹੁਤ ਜ਼ਰੂਰੀ ਏ ਔਰ ਇਹ ਸੱਚ ਏ ਜੀ ਕਿ ਅਗਰ ਅਸੀਂ ਭੈਣ ਭਰਾ ਆਵਾ ਜੀ ਔਰ ਮੈਨੂੰ ਤਿਰਨਾ ਨਹੀਂ ਆਂਦਾ ਮੇਰੇ ਸਾਹਮਣੇ ਤੁਸੀਂ ਡੋਬ ਰਹੇ ਹੋ ਜੀ ਤੇ ਮੈਂ ਬਾਹਰੋਂ ਖਲੋ ਕੇ ਕੱਪੜੇ ਨਾਲ ਪੱਗ ਨਾਲ ਰੱਸੀ ਨਾਲ ਕੋਸ਼ਿਸ਼ ਕਰ ਸਕਦਾ ਲੇਕਿਨ ਮੈਂ ਕਾਹ ਅਗਰ ਪਿਓ ਦੇ ਸਾਹਮਣੇ ਬੱਚਾ ਵੀ ਡੋਬ ਰਿਆ ਤੇ ਉਹਦੇ ਪਿੱਛੇ ਜੰਪ ਨਾ ਕਰੇ ਕਿਉਂਕਿ ਦੋਵਾਂ ਚੋਂ ਇੱਕ ਬਚੇਗਾ ਤੇ ਆਪਣੀ ਦਾਸਤਾ ਵੀ ਤੁਸੀਂ ਕਿਸੇ ਨੂੰ ਦੱਸ ਪਾਓਗੇ ਕਿ ਮੇਰਾ ਬੱਚਾ ਇੱਥੇ ਡੁੱਬ ਗਿਆ ਜੀ ਉਹਦੀ ਭਾਲ ਵੀ ਹੋ ਸਕੇ ਕਿਉਂ ਪਰਿਵਾਰ ਵੀ ਬਚੇਗਾ ਲੇਕਿਨ ਜਦੋਂ ਕੱਢਦੇ ਹੋ ਇੱਕ ਦੂਜੇ ਨੂੰ 4-4 ਬੱਚੇ ਜੀ ਇੱਕ ਦੂਜੇ ਨੂੰ ਕੱਢਦੇ ਹੋਏ 7-7 ਲੋਕ ਵੀ ਜੀ ਇੱਕ ਦੂਜੇ ਨੂੰ ਕੱਢਦੇ ਹੋਏ ਨਦੀ ਦੇ ਵਿੱਚ ਸਮਾ ਜਾਂਦੇ ਇੱਕ ਪਿੱਛੇ ਹੁਣੇ ਤੁਸੀਂ ਵੀ ਕਿਸਾ ਸੁਣਿਆ ਹੋਣਾ ਤਿੰਨ ਭਰਾਵਾਂ ਦੀ ਇੱਕ ਭੈਣ ਨੇ ਘਰ ਦੇ ਵਿੱਚ ਛਾਲ ਮਾਰੀ ਜੀ ਬਿਲਕੁਲ ਖਤਿਆਲਾ ਦਾ ਮੇਰੇ ਕੋਲ ਕੇਸ ਸੀਗਾ ਮੈਂ ਉਹਦੇ ਚ ਆਇਆ ਵੀ ਸੀ ਮੈਂ ਪਰਿਵਾਰ ਦੇ ਨਾਲ ਵੀ ਖੜਿਆ ਰਿਆ ਇਹ ਨੋਰਮਲ ਚੀਜ਼ ਹੈ ਪਿੱਛੇ ਦੋ ਭਰਾਵਾਂ ਨੇ ਵੀ ਛਾਲ ਮਾਰੀ ਉਹ ਵੀ ਖਤਮ ਹੋ ਗਏ ਜੀ ਬਿਲਕੁਲ ਜੀ ਬਿਲਕੁਲ ਘਰਾਂ ਦੇ ਕਾਰ ਖਤਮ ਹੋ ਗਏ ਹੂੰ ਔਰ ਇਹ ਵੀ ਸੱਚ ਹੈ ਕਿ ਜ਼ਿੰਦਗੀ 'ਚ ਹਰ ਗੁਣ ਹੋਣਾ ਬਹੁਤ ਜ਼ਰੂਰੀ ਹੈ ਜ ਜਿਹਦੇ ਵਿੱਚ ਤਰਾਕੀ ਦਾ ਵੀ ਇੱਕ ਬਹੁਤ ਵੱਡਾ ਗੁਣ ਹੈ ਵੇ ਕੋਈ ਨਹੀਂ ਕਿ ਅਸੀਂ ਤਰਾਕੀ ਸਿੱਖੀ ਤੇ ਸਿਲਾਸ਼ਾ ਕਰਨੀ ਹੈ ਅਸੀਂ ਤਰਾਕੀ ਸਿੱਖੀ ਤੇ ਅਸੀਂ ਮਦਰ ਮਾਛੀ ਫੜਨੇ ਨੇ ਅਸੀਂ ਪਰਿਵਾਰ ਨਾਲ ਕਿਤੇ ਜਾ ਰਹੇ ਆ ਮੇਰੇ ਸਾਹਮਣੇ ਮੰਨ ਲਾ ਕੇ ਆਪਾਂ ਤਿੰਨ ਹਨਾ ਇਹ ਵੀਰ ਡੋਬ ਰਿਹਾ ਹੈ ਮੈਨੂੰ ਤਿਰਨਾ ਆਂਦਾ ਤਾਂ ਮੈਂ ਅੰਦਰ ਵੜ ਕੇ ਇੱਕ ਕੋਸ਼ਿਸ਼ ਕਰ ਸਕਦਾ ਇਹਦੀ ਜਾਨ ਬਚਾਣ ਦੀ ਮੈਂ ਪਾਣੀ ਦੇ ਅੰਦਰ 5-7 ਫੁੱਟ ਵੀ ਰਿਸਕ ਲੈ ਲਾਂਗਾ ਵੀ ਚੱਲ ਨਿਕਲ ਗਿਆ ਠੀਕ ਨਹੀਂ ਤੇ ਮੈਂ ਤੇ ਬਚਾਂ ਗਈ ਆਪਾਂ ਕਿਸੇ ਦੀ ਜਾਨ ਵੀ ਬਚਾ ਸਕਦੇ ਆਂ ਜੀ ਅਗਰ ਆਪਾਂ ਖੁਦ ਪਰਿਵਾਰ ਨਾਲ ਹੋ ਪਿੱਛੇ ਮੈਂ ਦੋ ਕਾਰਾਂ ਲਗਾਤਾਰ ਕੱਢੀਆਂ ਦੋਵਾਂ ਨੂੰ ਤਿਰਨਾ ਆਂਦਾ ਸੀ ਕਾਰ ਡੇਗਦੇ ਸ਼ੀਸ਼ਾ ਤੋੜਿਆ ਨਿਕਲ ਗਏ ਜਾਨ ਵੀ ਬਚ ਗਈ ਪਰਿਵਾਰ ਨੂੰ ਵੀ ਦੱਸਤਾ ਵੀ ਇੱਥੇ ਮੇਰੀ ਗੱਡੀ ਪਈ ਏ ਤੇ ਉਹ ਖਰਾਬ ਵੀ ਮਿਲ ਗਿਆ ਤੇ ਆਬੀ ਪਾਜ ਕੇ ਸੋ ਤਰੱਕੀ ਦਾ ਗੁਣ ਹੋਣਾ ਵੀ ਬਹੁਤ ਜ਼ਰੂਰੀ। ਮਗਰਮੱਛ ਦੀ ਗੱਲ ਕੀਤੀ ਤੁਸੀਂ ਲਾਸ਼ਾਂ ਤਾਂ ਤੁਸੀਂ ਕੱਢਦੇ ਆ ਰਹੇ ਸੀ। ਫਿਰ ਪਹਿਲੀ ਵਾਰ ਮਗਰਮੱਛ ਕਿ ਕਿ ਬੜਾ ਖਤਰਨਾਕ ਹੈ ਤਾਂ ਉਹਨੂੰ ਕਿਸ ਤਰ੍ਹਾਂ ਫੜਿਆ ਤੁਸੀਂ? ਬਿਲਕੁਲ ਜੀ ਬਸ ਉਹੀ ਇੱਕ ਤਰੱਕੀ ਨਾਲ ਜੁੜੀ ਲਾਈਨ ਅਪ ਸੀ ਔਰ ਪਰਮਾਤਮਾ ਦੀ ਦਿੱਤੀ ਹੋਈ ਤਾਕਤ ਸੀ ਉਹ ਸਾਡੇ ਪੌਰ ਸੈਨਾ ਇੱਕ ਪਰिजनਨ ਕੇਂਦਰ ਹੈ ਮਗਰਮੱਛਾਂ ਦਾ ਹਰਿਆਣਾ ਸਰਕਾਰ ਦਾ। ਜੀ ਉਹਦੇ ਵਿੱਚੋਂ ਬਾੜ ਆਣ ਤੋਂ ਬਾਅਦ ਉਹ ਮਗਰਮੱਛ ਸਾਡੇ ਪੂਰੇ ਏਰੀਆ ਚ ਅੱਜ ਵੀ ਬਹੁਤ ਜ਼ਿਆਦਾ ਨੇ ਫੈਲੇ ਹੋਏ ਨੇ ਜੀ ਤੱਕ ਕਿਸਾਨੀ ਏਰੀਆ ਸੀ ਵਿਚਾਰੇ ਨੇ ਠੇਕੇ ਤੇ ਪਹਿਲੀ ਲਈ ਸੀ ਤੇ ਉਹਦੇ ਜੋ ਇੰਜਨ ਦੇ ਵਿੱਚੋਂ ਪਾਣੀ ਕੱਢਦਾ ਸੀ ਨਾ ਉਹਦੇ ਵਿੱਚ ਉਹਦੋਂ 5 ਫੁੱਟ ਦਾ ਮਗਰਮੱਛ ਸੀ ਜੋ ਚਲਾ ਗਿਆ ਸੀ ਜੀ ਤਾਂ ਉਹ ਵਿਚਾਰਾ ਫੋਨ ਕਰੀ ਜਾ ਤੂੰ ਪਾਣੀ ਜੀ ਮੈਂ ਮੈਂ ਪਾਣੀ ਤੇ ਵੜ ਜਾਣਾ ਮੈਨੂੰ ਇਹ ਤਾਂ ਥੋੜੀ ਪਤਾ ਕੀ ਪੰਗਾ ਨਹੀਂ ਜੀ ਮੇਰੀ ਖੇਤ ਸੂਕ ਗਿਆ ਜੀ ਮੈਂ ਗਰੀਬ ਆਦਮੀ ਜੀ ਭਾਈ ਸਾਹਿਬ ਪਲੀਜ਼ ਤਾ ਵੇਰ ਮੈਨੂੰ ਮਰ ਪਰਮਾਤਮਾ ਨੂੰ ਯਾਦ ਕਰਕੇ ਕਿ ਹਿੰਮਤ ਵਿਖਾਈ ਟੀਮ ਤਿਆਰ ਕੀਤੀ ਔਰ ਉਸ ਤੋਂ ਬਾਅਦ ਇੱਕ ਜਾਲ ਤਿਆਰ ਕੀਤਾ ਜਾਲ ਦੇ ਨਾਲ ਮੈਂ ਪਹਿਲਾ ਮਗਰਮਛੋ ਰੈਸਕਿਊ ਕਰਕੇ ਮਹਿਕਮੇ ਨੂੰ ਦੇ ਦਿੱਤਾ ਜੀ ਫਿਰ ਉਹੀ ਬਿਜਵੇਕ ਚੀਜ਼ ਦਾ ਸਪੀਰਿਅ ਸੋਚਦਾ 1 2 3 ਕਰਦੇ ਹੋਏ ਫਿਰ ਮੈਂ ਇਸ ਟਾਈਮ 15 ਕੁਰਕਸ਼ੇਤਰ ਜ਼ਿਲ੍ਹੇ ਚ ਔਰ 2 ਰੋहतक ਹਰਿਆਣਾ 17 ਤੋਂ 18 ਮਗਰਮਛ ਰੈਸਕਿਊ ਕਰਕੇ ਵਾਈਲਡਲਾਈਫ ਟੀਮ ਦੇ ਹਵਾਲੇ ਕਰ ਚੁੱਕਿਆ ਜੀ ਹਾਂ ਬਿਲਕੁਲ ਠੀਕ ਹੈ ਤੁਸੀਂ ਤਰਾਕੀ ਦੀ ਗੱਲ ਕੀਤੀ ਤਰਾਕੀ ਦੇ ਲਈ ਸਟਰੈਂਥ ਬਹੁਤ ਚਾਹੀਦੀ ਆ ਕਿਉਂਕਿ ਤੁਸੀਂ ਇੱਕ ਲੰਮਾ ਸਮਾਂ 24 ਸਾਲ ਥੋੜੇ ਨਹੀਂ ਹੁੰਦੇ ਤੁਹਾਡੀ ਉਮਰ ਵੀ ਹੋਣ ਜ਼ਿਆਦਾ ਹੋਊਗੀ ਤਾਂ ਹੁਣ ਵੀ ਤੁਸੀਂ ਜਾਣੇ ਹੋ ਨਹਿਰ ਦੇ ਵਿੱਚ ਉਹ ਵੀ ਤੁਸੀਂ ਲਾਸ਼ਾਂ ਕੱਢਦੇ ਹੋ ਜੀ ਬਿਲਕੁਲ ਜੀ ਬਿਲਕੁਲ ਮੈਂ ਹੁਣ ਵੀ ਡਾਈਵਿੰਗ ਵੀ ਕਰਦਾ ਲਾਸ਼ਾਂ ਵੀ ਕੱਢਦੇ ਆਂ ਔਰ ਕਿਉਂਕਿ ਹੁਣ ਸਿਲੰਡਰ ਸਿਸਟਮ ਆ ਗਿਆ ਸਿਲੰਡਰ ਦੇ ਨਾਲ ਔਰ ਇਹ ਵੀ ਵੱਧ ਕਿਸਮ ਦੀ ਰਹੀ ਸਾਡੇ ਦੇਸ਼ ਦੀ ਕਿ ਤੁਸੀਂ ਯਕੀਨ ਕਰਿਓ ਕਿ ਉਹ ਸਿਲੰਡਰ ਇਹ ਕੈਸੀ ਚੀਜ਼ ਏ ਜਿਹਨੂੰ ਲਾ ਕੇ ਨਾ ਮੈਂ ਵਿਆਹ ਚ ਜਾਣਾ ਨਾ ਕਿਸੇ ਇੰਟਰਵਿਊ ਚ ਜਾਣਾ ਨਾ ਕਿਸੇ ਸ਼ਾਦੀ ਕਿਤੇ ਨਹੀਂ ਜਾਣਾ ਉਹ ਸਿਰਫ ਜ਼ਿੰਦਗੀ ਜੋਦੋ ਹੀ ਇਸਤੇਮਾਲ ਹੋਣਾ ਜਦੋਂ ਕਿਸੇ ਗਰੀਬ ਦਾ ਜਾਂ ਕਰੋੜਪਤੀ ਇਹ ਭਾਵੇਂ ਕਿਸੇ ਦਾ ਧੀ ਪੁੱਤਰ ਨਦੀ ਨਾਲੇ ਨਹਿਰ ਦੇ ਵਿੱਚ ਡੁੱਬ ਜੇ ਜੀ ਉਹ ਵੀ ਸਰਕਾਰ ਪ੍ਰਸ਼ਾਸਨ ਅਜੇ ਤੱਕ ਮੁਹਈਆ ਨਹੀਂ ਕਰਾ ਸਕੀ ਉਹ ਵੀ ਬਾਰ ਬੈਠੇ ਦੇਸ਼ਾਂ ਵਿਦੇਸ਼ਾਂ ਜੋ ਭੈਣ ਭਰਾ ਨੇ ਉਹਨਾਂ ਵੱਲੋਂ ਸੇਵਾ ਕੀਤੀ ਗਈ ਹੈ ਤੇ ਫਿਰ ਉਹਨਾਂ ਚੀਜ਼ਾਂ ਦੇ ਨਾਲ ਅਸੀਂ ਅੱਜ ਲੱਖਾਂ ਲੋਕਾਂ ਦਾ ਭਲਾ ਕਰਦੇ ਪਏ। ਬਿਲਕੁਲ ਮੈਂ ਇਸ ਸਵਾਲ ਦੇ ਉੱਤੇ ਆਉਣਾ ਸੀ ਕਿਉਂਕਿ ਤੁਸੀਂ ਤਾਂ ਨਿਸ਼ਕਾਮ ਸੇਵਾ ਕਰਦੇ ਹੋ। ਜੇ ਸਾਡੀ ਟੀਮ ਦੇ ਵਿੱਚ 10 ਲੋਕ ਨੇ ਇੱਕ ਨੇ ਕਹਿਤਾ ਕਿ ਮੈਂ ਸੇਵਾ ਕਰਨੀ ਹੈ। ਪਰ ਬਾਕੀਆਂ ਦੇ ਵੀ ਘਰ ਪਰਿਵਾਰ ਹੁੰਦੇ ਨੇ ਤੁਸੀਂ ਇੱਕ ਟੀਮ ਬਣਾਈ ਹੈ ਕਿ ਸਾਰੇ ਦੇ ਸਾਰੇ ਹੀ ਸੇਵਾ ਕਰਦੇ ਨੇ। ਜੀ ਚਾਰ ਦੇ ਚਾਰ ਬੱਚੇ ਮੇਰੇ ਨਾਲ ਰਹਿੰਦੇ ਨੇ। ਜੀ ਤੇ ਚਾਰੇ ਅਸੀਂ ਸੇਵਾ ਕਰਦੇ ਹਾਂ ਜੀ। ਜੀ ਅਜੇ ਮੰਨ ਲਓ ਕਿ ਮੈਂ ਵਿਆਹਾਂ ਆ ਕੁਵਾਰੇ ਨੇ ਜਿੰਨਾ ਸਮਾਨ ਨਾਲ ਕੋਲ ਹੈ ਵਿਚਾਰੇ ਬਤੀਤ ਕਰ ਰਹੇ ਨੇ ਜਦੋਂ ਵੀ ਵਿਆਹ ਜਾਣਗੇ ਉਹ ਚਲੇ ਜਾਣਗੇ ਤੇ ਹੋਰ ਆ ਜਾਣਗੇ ਜਦੋਂ ਤੱਕ ਪ੍ਰਮਾਤਮਾ ਨੇ ਇੱਕ ਚੈਨ ਮਾਲਕ ਨੇ ਬਣਾਈ ਉਹ ਚੱਲਦੀ ਰਹੇਗੀ ਤੇ ਕਰਦੇ ਰਹਿਣ ਕਿਉਂਕਿ 24 ਸਾਲ ਪਹਿਲਾਂ ਦਾ ਸਮਾਂ ਔਰ ਹੁਣ ਦੇ ਸਮੇਂ ਦੇ ਵਿੱਚ ਬੜਾ ਫਰਕ ਹੈ ਹੁਣ ਟੈਕਨੀਕਾਂ ਵੀ ਬਹੁਤ ਆ ਗਈਆਂ ਨੇ ਚੀਜ਼ਾਂ ਵੀ ਚਾਹੀਦੀਆਂ ਨੇ ਤੁਹਾਨੂੰ ਕੀ ਚਾਹੀਦੀ ਐ ਸਿਲੰਡਰ ਦੀ ਤੁਸੀਂ ਗੱਲ ਕੀਤੀ ਐ ਫਿਰ ਇਹ ਸਾਰੇ ਖਰਚੇ ਕਿਸ ਤਰ੍ਹਾਂ ਮੈਨੇਜ ਕਰਦੇ ਹੂੰ ਇਹ ਲੋਗ ਦਿੰਦੇ ਨੇ ਬਿਲਕੁਲ ਜੀ ਬਿਲਕੁਲ ਹੁਣ ਤਾਂ ਉਹੀ ਮੈਂ ਦੱਸਿਆ ਕਿ ਹੁਣ ਦੇਸ਼ ਆਦੇਸ਼ਾਂ ਚੋਂ ਭੈਣ ਭਰਾ ਜੁੜੇ ਨੇ ਜੀ ਤੇ ਉਹ ਹੁਣ ਜੋ ਵੀ ਚੀਜ਼ਾਂ ਮੈਨੂੰ ਚਾਹੀਦੀਆਂ ਜਿਵੇਂ ਮੈਨੂੰ ਇੱਕ ਡਰੋਨ ਚਾਹੀਦਾ ਸੀ ਜੀ ਮਗਰ ਮੱਚ ਕਈ ਵਾਰ ਨਹਿਰਾ ਚੌੜੀਆਂ ਹੁੰਦੀਆਂ ਹੁੰਦੀਆਂ ਡਰੋਨੀ ਤਾਂ ਉਹ ਮੇਰਾ ਵੀਰ ਆਪਣਾ ਕੈਥੜ ਸਾਡੇ ਹਰਿਆਣੇ 'ਚ ਹੀ ਜੀ ਉਹਦੇ ਵੀਰ ਨੇ ਉਹ ਕਲਤਾ ਜੀ ਇੱਕ ਗੋਪ੍ਰੋ ਕੈਮਰਾ ਹੁੰਦਾ ਜਿਹੜਾ ਥੱਲੇ ਆਪਾਂ ਚੀਜ਼ਾਂ ਲੱਭਦੀਆਂ ਉਹ ਹਰਪਾਲ ਸਿੰਘ ਵੀਰ ਕੈਨੇਡਾ ਤੋਂ ਨੇ ਘਲਤਾ ਜੀ ਲੈਪਟਾਪ ਸੀ ਇੱਕ ਮੇਰੀ ਭੈਣ ਨੇ ਥੋ ਜਲੰਧਰ ਤੋਂ ਹੀ ਜੀ ਸੁਹਾਗ ਸ਼ਾਇਦ ਉਹਦਾ ਨਾਮ ਹੈ ਕਮਲ ਸੁਹਾਗ ਉਹਨੇ ਫੋਨ ਕੀਤਾ ਵੀਰੇ ਮੈਂ ਇੰਟਰਵਿਊ ਵਿਖਿਆਦਾ ਉਹਨੇ ਉਹ ਦੇ ਦਿੱਤਾ ਜੀ ਜਿਵੇਂ ਅਨਮੋਲ ਵੀਰ ਨੇ ਕਿੱਟ ਦਿੱਤੀ ਜੀ ਔਰ ਬਠਿੰਡਾ ਤੋਂ ਇਕਬੀਰ ਸੀ ਉਹਨੇ ਕਿੱਟ ਦੇਤੀ ਮਤਲਬ ਜੋ-ਜੋ ਚੀਜ਼ਾਂ ਮੈਨੂੰ ਚਾਹੀਦੀਆਂ ਸੀ ਉਹ ਪੈਣਾ ਪਰਾਵਾਂ ਮੁਹਈਆਂ ਕਰਾਈਆਂ ਨੇ ਜੋ ਚੀਜ਼ਾਂ ਜੇ ਰਹਿੰਦੀਆਂ ਨੇ ਉਹ ਪੈਣ ਪ੍ਰਾਪੀ ਦੇਣਗੇ ਤੇ ਆਪਾਂ ਉਸੇ ਵਰਨ ਬਾਈ ਜੀ ਇਹ ਤਾਂ ਸੋਸ਼ਲ ਮੀਡੀਆ ਦਾ ਜ਼ਮਾਨਾ ਹੁਣ ਆਇਆ ਪ੍ਰਗਤ ਸਿੰਘ ਜੀ ਇਸ ਤੋਂ ਕੁਝ ਸਮਾਂ ਪਹਿਲਾਂ ਜਦੋਂ ਤੁਸੀਂ ਸ਼ੁਰੂ ਕੀਤਾ ਉਦੋਂ ਵੀ ਤੁਹਾਨੂੰ ਕਿੱਟ ਦੀ ਲੋੜ ਹੁੰਦੀ ਐ ਸਮਾਨ ਤਾਂ ਕਿਉਂਕਿ ਜਦੋਂ ਨਹਿਰ ਦੇ ਵਿੱਚ نیچے ਜਾਣਾ ਹੁੰਦਾ ਤਾਂ ਉਹ ਸਮਾਨ ਚਾਹੀਦਾ ਹੁੰਦਾ ਉਸ ਸਮੇਂ ਕਿਸ ਤਰ੍ਹਾਂ ਤੁਸੀਂ ਚੀਜ਼ਾਂ ਨੂੰ ਮੈਨੇਜ ਕੀਤਾ ਉਸ ਸਮੇਂ ਪਹਿਲੇ ਤਾਂ ਸਿੰਪਲ ਟੂਬੀ ਨੇ ਕੰਮ ਕਰੀਦਾ ਸੀ ਜੀ ਉਸ ਤੋਂ ਬਾਅਦ ਅਗਰ ਸਰਕਾਰੀ ਪ੍ਰਸ਼ਾਸਨ ਦੇ ਗੋਤਾਖਰ ਆ ਜਾਂਦੇ ਸਨ ਉਹਨਾਂ ਕੋ ਸਮਾਨ ਹੁੰਦਾ ਸੀ ਜੀ ਤਾਂ ਉਹ ਕਹਿੰਦੇ ਸੀ ਵੀ ਅਗਰ ਤੂੰ ਜੋ ਵੀ એનર્ਜੀ ਯੂਜ਼ ਕਰਨਾ ਚਾਹੁੰਦਾ ਮੈਨੂੰ ਯਾਦ ਹੈ ਇੱਕ ਦਿੱਲੀ ਦੇ ਰਹਿਣ ਵਾਲੇ ਤਿੰਨ ਵੀਰ ਹਮ ਸਾਡੇ ਕੁਰਖੇਤਰ ਪੇਵਾ ਆਏ ਸਨ ਗਤੀਕਰਣ ਆਂਦੇ ਨੇ ਪੇਵਾ ਤਿਰਥੇ ਬਹੁਤ ਵੱਡਾ ਜੀ ਜੀ ਤਾਂ ਜਦੋਂ ਉਹਨਾਂ ਨੇ ਵਾਪਸੀ ਕੀਤੀ ਤਾਂ ਉਹ ਨਹਿਰ ਦੇ ਉੱਤੇ ਖੜੀ ਕੇ ਨਾਣ ਵਾਸਤੇ ਉਹਨਾਂ ਦੇ ਨਾਲ 80 ਸਾਲ ਦੀ ਮਾਤਾ ਸੀ ਉਹ ਤਿੰਨ ਜਿੰਕੀਆਂ ਨੀ ਕਿ ਗੁੱਡੀਆਂ ਸੀ ਜੀ ਤਾਂ ਤਿੰਨੇ ਨਹਾਉਂਦੇ ਹੋਏ ਤਿੰਨੇ ਉਹ ਬੰਦੇ ਡੁੱਬ ਗਏ ਹੂੰ ਮੈਨੂੰ ਕਿਸੇ ਨੇ ਕਾਲ ਕੀਤਾ ਦਾ ਪ੍ਰਗਟਕ ਕਿ ਨਹਿਰ ਤੇ ਰੋਂਦੇ ਪਏ ਨੇ ਲੱਗਦਾ ਐਕਸੀਡੈਂਟ ਵਗੈਰਾ ਹੋ ਗਿਆ ਮੈਂ ਚੱਲ ਮ ਆਇਆ ਮੈਂ ਚਲਾ ਗਿਆ ਜੀ ਜਦੋਂ ਮੈਂ ਜਾ ਕੇ ਪੁੱਛਿਆ ਤੇ ਉਹ ਗੁੜੀਆਂ ਕਹਿੰਦੀ ਅੰਕਲ ਮੇਰਾ ਡੈਡੀ ਔਰ ਦੋ ਮੇਰੇ ਅੰਕਲ ਇਸ ਨਦੀ ਮੇ ਬੈ ਗੇ ਤੇ ਮੇਰੇ ਕੋਲ ਉਸ ਟਾਈਮ ਕੋਈ ਐਸਾ ਸਮਾਨ ਨਹੀਂ ਸੀ ਅਗਰ ਮੈਂ ਚਾਹਦਾ ਤੇ ਉਹਨਾਂ ਨੂੰ ਬਚਾ ਪਾੰਦਾ ਜਾਂ ਪਰ ਉਸ ਟਾਈਮ ਇਹਨੂੰ ਜੋ ਯਾਦ ਇਹ ਗੱਲ ਕਿ ਮੈਂ ਬੋਡੀਆਂ ਕੱਢੀਆਂ ਤਾਂ ਮਹਿਕਮੇ ਨੇ ਮੈਨੂੰ ਦੋ ਟੂਟੀਆਂ ਦਿੱਤੀਆਂ ਸੀ ਕੰਨ ਚ ਲਾਣ ਵਾਲੀਆਂ ਜੀ ਵੀ ਅੰਦਰ ਪਾਣੀ ਨਾ ਜਾਏ ਉਹ ਵੀ ਮੇਰੇ ਵਾਸਤੇ ਬਹੁਤ ਵੱਡੀ ਚੀਜ਼ ਹੋ ਗਈ ਸੀ ਕਿ ਪ੍ਰਸ਼ਾਸਨ ਨੇ ਮੈਨੂੰ ਦੋ ਚੀਜ਼ਾਂ ਦਿੱਤੀਆਂ ਨੇ ਪਰ ਹੁਣ ਪਰਮਾਤਮਾ ਦੇ ਨਾਲ ਭੈਣ ਭਰਾ ਜੁੜੇ ਨੇ ਔਰ ਵੈਸੇ ਤਾਂ ਮੇਰੇ ਵੀਰ ਇਹ ਕਿਆ ਸੀ ਵੀ ਸਰਪ੍ਰਾਈਜ਼ ਇਹ ਦੱਸੀ ਨਾ ਇੱਕ ਅਮਰੀਕਾ ਦੇ ਵਿੱਚ 10-11000 ਡਾਲਰ ਦੀ ਮਸ਼ੀਨ ਹੈ ਜੋ ਇੰਡੀਆ ਦੀ 7-8 ਲੱਖ ਰੁਪਏ ਦੀ ਸ਼ਾਇਦ ਬਣਦੀ ਜੀ ਇੱਕ ਦੋ ਮਹੀਨੇ ਦੇ ਵਿੱਚ ਅਮਰੀਕਾ ਤੋਂ ਮਸ਼ੀਨ ਮੇਰੇ ਕੋਲ ਆ ਰਹੀ ਹੈ ਜੋ ਇੰਡੀਆ ਦੇ ਵਿੱਚ ਸਿਰਫ ਮੇਰੇ ਕੋਲ ਹੋਏਗੀ ਜੀ ਜਿਹਦੇ ਵਿੱਚ ਡੈਡ ਬੋਡੀ ਮਗਰਮਚ ਕੋਈ ਵੀ ਚੀਜ਼ ਆਪਾਂ ਲੱਭਣੀ ਹੈ ਤਾਂ ਆਸਾਨੀ ਹੋਏਗੀ ਉਹ ਕਹਿੰਦਾ ਵੀਰ ਮੈਂ ਤੈਨੂੰ ਵੇਖਿਆ ਛੱਪੜ ਦੇ ਵਿੱਚ ਮੈਂ ਮਗਰਮਚ ਫੜਦਾ ਪਿਆ ਹਾਂ ਤੇ ਬੂਟੀ ਦੇ ਦਾੜੀ ਪੱਗ ਮੇਰੀ ਸਾਰੀ ਲਿਪੜ ਗਈ ਸੀ ਆਂਦਾ ਯਾਰ ਠੀਕ ਹੈ ਤੂੰ ਆਪਣੀ ਜਗ੍ਹਾ ਸਹੀ ਆ ਯਾਰ ਸਾਨੂੰ ਮਹਿਸੂਸ ਹੋਇਆ ਵੀ ਗੰਦੇ ਪਾਣੀ ਚ ਮੈਂ ਹਾਂ ਯਾਰ ਮੈਂ ਕੀ ਕਰਾਂ ਕਹਿੰਦਾ ਵੀਰ ਕੋਈ ਨਹੀਂ ਫਿਰ ਪ੍ਰਮਾਤਮਾ ਦਾ ਦਿੱਤਾ ਬਹੁਤ ਖੁਸ਼ ਹੈ ਮੈਂ ਤੈਨੂੰ ਇੱਕ ਐਸੀ ਯੂਐਸਏ ਤੋਂ ਮਸ਼ੀਨ ਕੱਢਾਂਗਾ ਜਿੱਥੇ ਚੀਜ਼ ਪਈ ਹੋਏਗੀ ਤੂੰ ਸਿਰਫ ਉੱਥੇ ਇੱਕ ਹੀ ਟੁੱਬੇ ਮਾਰਨੀ ਹੈ ਬਾਕੀ ਤੈਨੂੰ ਤੰਗ ਹੋਣ ਦੀ ਲੋੜ ਨਹੀਂ ਸੋ ਐਸੇ ਭਣ ਭਰਾ ਬੈਠੇ ਨੇ ਔਰ ਅੱਜ ਵੀ ਮਾਪੀ ਇਹ ਤਾਂ ਕਮਿਊਨਿਟੀ ਦੀ ਗੱਲ ਹੋ ਗਈ ਜਿਹੜੀ ਕਿ ਸਪੋਰਟ ਕਰਦੀ ਐ ਕਿਉਂਕਿ ਸਿੱਖ ਹਮੇਸ਼ਾ ਹੀ ਹਰ ਚੀਜ਼ ਦੇ ਲਈ ਮੂਰੇ ਰਹਿੰਦੇ ਆਂ ਕਿਸਾਨੀ ਅੰਦੋਲਨ ਦੇ ਟਾਈਮ ਦੇਖਿਆ ਹੜ੍ਹਾਂ ਦੇ ਵਿੱਚ ਦੇਖਿਆ ਹਰ ਜਗ੍ਹਾ ਮੂਰੇ ਨੇ ਤੁਹਾਡੀ ਸਪੋਰਟ ਦੇ ਵਿੱਚ ਵੀ ਕਮਿਊਨਿਟੀ ਦੇ ਬਹੁਤ ਲੋਕ ਅੱਗੇ ਆਏ ਪ੍ਰਸ਼ਾਸਨ ਦੀ ਗੱਲ ਤੁਸੀਂ ਕੀਤੀ ਕਿ ਉਧਰੋਂ ਸਪੋਰਟ ਨਹੀਂ ਰਿਹਾ ਪ੍ਰਸ਼ਾਸਨ ਦਾ ਜੀ ਬਿਲਕੁਲ ਸਚਾਈ ਐ ਪਿਛਲੇ 22-23 ਸਾਲਾਂ ਤੋਂ ਰਿਕਵਰੇ ਕਰਪੇ ਦੀ ਵੀ ਮਦਦ ਜੀ ਇਹਨਾਂ ਨੇ 10 ਸਾਲ 12 ਸਾਲ ਪਹਿਲਾਂ ਮੈਨੂੰ ਨੌਕਰੀ ਦਿੱਤੀ ਸੀ ਮਹਿਕਮੇ ਨੇ ਸਾਡੇ ਉੱਤੇ ਕੀਤਾ ਜਨਤੀ ਭਰਦੀ ਕੁਸ਼ੇਤਰ ਮੇਲਾ ਜੀ ਤਾਂ ਮੈਨੂੰ ਇੱਕ ਅਫਸਰ ਨੇ ਫੋਨ ਕੀਤਾ ਪ੍ਰਗਟ ਮੁਬਾਰਕ ਹੋ ਤੇਰੀ ਨੌਕਰੀ ਲੱਗੀ ਮੈਨੂੰ ਸ਼ੁਕਰ ਹੈ ਭਾਈ ਚਲੋ ਚੰਗੀ ਗੱਲ ਹੈ ਮੈਂ ਇੱਕ ਦੋ ਡੰਗਰ ਸੀ ਉਹ ਵੀ ਵੇਚਤੇ ਵੀ ਚੱਲ ਨੌਕਰੀ ਲੱਗੀ ਹੂੰ ਮੈਂ ਨੌਕਰੀ ਦੇ ਚੱਲ ਵੀ ਗਿਆ ਹੂੰ ਲੇਕਿਨ 3 ਮਹੀਨੇ ਬਾਅਦ ਜਦੋਂ ਮੇਲਾ ਖਤਮ ਹੋਇਆ ਤੇ ਉਹ ਕਹਿੰਦਾ ਬਈ ਪ੍ਰਗਟ ਧੰਨਵਾਦ ਤੇਰੇ ਇਨਨੇ ਪੈਸੇ ਬਣੇ ਮੈਂ ਕੀ ਹੋਇਆ ਕਹਿੰਦਾ ਬਸ ਆਪਕਾ 3 ਮਹੀਨੇ ਦਾ تھا ਪੱਕਾ ਥੋੜੀ ਥੀ ਹੂੰ ਤਾਂ ਬਹੁਤ ਵੱਡਾ ਕਿ ਜਿੰਦਗੀ 'ਚ ਉਹਨਾਂ ਨੇ ਮੇਰੇ ਨਾਲ ਮਜ਼ਾਕ ਕੀਤਾ ਸੀ ਪਰ ਮੈਂ ਵੀ ਕਿਹਾ ਕਿ ਮੈਂ ਕਿਹੜਾ ਸੁਪਾਰਸ਼ ਤੇ ਲੱਗਿਆ ਹਾਂ ਮੇਰੇ ਕੋਲ ਆਪਣਾ ਟੈਲੈਂਟ ਹੈ ਮੇਰੇ ਕੋਲ ਗੁਰੂ ਸਾਹਿਬ ਦਾ ਦਿੱਤਾ ਗੋਣ ਹੈ ਫਿਰ ਉਸ ਗੋਣ ਦੇ ਨਾਲ ਉਸ ਟੈਲੈਂਟ ਦੇ ਫਿਰ ਮੈਂ ਅਗਲੇ ਦਿਨ ਐਲਾਨ ਕਰਤਾ ਕਿ ਮੇਰੇ ਘਰ ਸੀਐਮ ਵੀ ਆਣ ਕੇ ਨੌਕਰੀ ਦੇਗਾ ਮੈਂ ਨੌਕਰੀ ਨਹੀਂ ਕਰਨੀ ਆਪ ਹੀ ਕੋ ਸਮਾ ਆਏਗਾ ਤੇ ਅਜੋ ਸਮਾ ਆਇਆ ਅਜ ਲੱਖਾਂ ਪੈਣ ਪਰ ਜੁੜੇ ਨੇ ਮਦਦ ਕਰ ਰਹੇ ਨੇ ਪਰਿਵਾਰ ਵੀ ਚੱਲ ਰਿਹਾ ਟੀਮ ਵੀ ਚੱਲ ਰਹੀ ਔਰ ਇਨਸਾਨੀਅਤ ਦੀ ਸੇਵਾ ਵੀ ਚੱਲ ਰਹੀ ਹੂੰ ਅਖੀਰ ਤੇ ਬੜਾ ਅਹਿਮ ਸਵਾਲ ਹੈ ਕੀ ਸੇਵਾ ਤਾਂ ਤੁਸੀਂ ਕਰ ਰਹੇ ਹੋ ਲੋਕ ਤੁਹਾਨੂੰ ਦਿਨ ਰਾਤ ਫੋਨ ਵੀ ਕਰਦੇ ਹੁਣੇ ਕਦੇ ਇਦਾਂ ਵੀ ਹੋਇਆ ਕਿ ਤੁਸੀਂ ਆਪਣੇ ਕਿਸੇ ਬਹੁਤ ਖਾਸ ਕੰਮ ਦੇ ਵਿੱਚ ਬੜੇ ਐਮਰਜੈਂਸੀ 'ਚ ਫਸੇ ਹੋ ਤੁਹਾਨੂੰ ਕਿਸੇ ਦਾ ਫੋਨ ਆ ਗਿਆ ਉਸ ਸਮੇਂ ਤੁਸੀਂ ਕੀ ਕਰਦੇ ਹੋ ਵੇਖੋ ਜੀ ਮੈਂ ਇਹ ਚੀਜ਼ਾਂ ਮੇਰੇ ਵਾਸਤੇ ਨਾਰਮਲ ਨੇ ਘਰ ਦੇ ਵਿੱਚ ਖੰਡ ਪਾਟ ਸਾਹਬ ਹੋਵੇ ਪੋਗ ਹੋਵੇ ਵਿਆਹ ਹੋਵੇ ਮੈਂ ਆਪਣੇ ਭਰਾ ਦੇ ਵਿਆਹ ਦੀ ਸਬਜ਼ੀ ਲੈਣ ਗਿਆ ਹਾਂ ਕੁਰਛੇਤਰ ਜੀ ਇਹ ਸੱਚਾਈ ਹੈ ਹਮ ਤੇ ਸਾਰੇ ਘਰ ਵੇਟ ਕਰ ਰਹੇ ਹਾਂ ਤਾਂ ਮੈਨੂੰ ਕਿਸੇ ਨੇ ਫੋਨ ਕਰਤਾ ਵੀ ਇੱਕ ਬਜ਼ੁਰਗ ਦੀ লাশ ਲੱਗੀ ਜਾਂਦੀ ਔਰ ਉਹਨੇ ਮਤਲਬ ਪੈਰ ਵੀ ਬੰਨੇ ਨੇ ਹੱਥ ਵੀ ਬੰਨੇ ਹੂੰ ਤਾਂ ਮੈਂ ਉਹ ਸਬਜੀ ਸਬਜੀ ਵਿੱਚ ਛੱਡੀ ਮੈਂ ਜਾ ਕੇ ਕੱਢਿਆ ਕਰ ਲਵਾਈ ਡਿਕਣ ਪਏ ਤਾਂ ਫਿਰ ਚਲੋ ਹੁਣ ਪਰਿਵਾਰ ਮੰਨਦਾ ਉਦੋਂ ਨਹੀਂ ਸੀ ਮੰਨਦਾ ਹੁਣ ਕਹਿੰਦੇ ਚਲੋ ਠੀਕ ਹੈ ਵੀ ਮੈਂ ਕਹਨਾ ਵੀ ਹੁਣ ਮੈਂ ਤੁਹਾਡੇ ਪੋਡਕਾਸਟ ਆ ਰਿਹਾ ਜੀ ਬੰਦੇ ਦਾ ਹਿਸਾਰ ਤੋਂ ਫੋਨ ਆਇਆ ਅਗਰ ਮੈਂ ਕਹਿਣਾ ਵੀ ਉਹ ਮੇਰੇ 10 ਵੀ 50 ਕਿਲੋਮੀਟਰ ਦੇ ਦਾਇਰੇ 'ਚ ਵੀ ਹੁੰਦਾ ਤੇ ਮੈਂ ਤੁਹਾਡਾ ਇੰਟਰਵਿਊ ਅੱਜ ਵੀ ਨਹੀਂ ਸੀ ਕਰਨਾ ਮੈਂ ਪਹਿਲਾਂ ਉਹਨੂੰ ਬਚਾਣਾ ਸੀ ਮੈਂ ਸੋਚਦਾ ਕਿ ਪਰਮਾਤਮਾ ਨੇ ਮੈਨੂੰ ਗੁਣ ਦਿੱਤਾ ਕਰ ਮੇਰੇ ਭੱਜਨ ਨਾਲ ਹੁਣ ਜਲੰਧਰ ਦੇ ਵਿੱਚ ਇੱਕ ਮੁੰਡਾ ਆਸਟ੍ਰੇਲੀਆ 'ਚ ਜੀ ਆਸਟ੍ਰੇਲੀਆ 'ਚ ਤੇ ਉਹਦੀ ਸਿਸਟਰ ਉਹਦੀ ਮਾਂ ਨਾਲ ਲੜ ਕੇ ਘਰੋਂ ਚਲੀ ਗਈ ਹੂੰ ਰਾਤ ਨੂੰ 10:30 11 ਵਜੇ ਜਲੰਧਰ ਦੀ ਘਟਨਾ ਜੀ ਉਨੇ ਆਸਟ੍ਰੇਲੀਆ ਜੋ ਫੋਨ ਕੀਤਾ ਮੈਨੂੰ ਵੀਰ ਮੇਰੀ ਮਾਂ ਕੱਲੀ ਹੈ ਤੇ ਮੈਂ ਤਾਂ ਬਾਹਰਾਂ ਤੇ ਮੇਰੀ ਭੈਣ ਇਸ ਤਰ੍ਹਾਂ ਲੜ ਕੇ ਚਲੀ ਗਈ ਮੈਂ ਕਿਹੜੀ ਨਰ ਕਹਿੰਦਾ ਫਲਾਣੀ ਨਰ ਮੈਂ ਇੱਕ ਮਿੰਟ ਰੋਕੋ ਦਾ ਫੋਨ ਚੱਲਦਾ ਰਿਹਾ ਉਸ ਏਰੀਆ ਦੇ ਬੰਦੇ ਨੂੰ ਫੋਨ ਕੀਤਾ ਮੈਂ ਕਿ ਆਪਣੀ ਮੰਮੀ ਨੂੰ ਕਹਾਂ ਮੈਨੂੰ ਕਾਲ ਕਰ ਉਹਦੀ ਮਾਂ ਨੇ ਕਹਿੰਦੀ ਪੁੱਤਰ ਮੈਂ ਕਿੱਥੇ ਬੈਠ ਰਹੀ ਆ ਮਾਰਾ ਮੈਂ ਕਿ ਤੂੰ ਚਿੰਤਾ ਨਾ ਕਰੋ ਓਸਟ੍ਰੇਲੀਆ ਚ ਮਾਜ ਅਲੰਦਰ ਚ ਮੈਂ ਕੁਰਸ਼ੇਤਰ ਚ ਜੀ 15 ਮਿੰਟਾਂ ਜੋ ਗੁੜੀਆ ਲੱਭ ਕੇ ਘਰ ਬੈਠੇ ਹੂੰ ਲੱਭ ਕੇ ਉਹਦੀ ਮਾਂ ਦੇ ਹੱਥ ਫੜਾਤੀ ਹੂੰ ਸਕੂਨ ਮਿਲਦਾ ਹੈ ਹਾਂ ਬਿਲਕੁਲ ਜੀ ਵੇਖੋ ਅਗਰ ਮੇਰੇ ਦਿੱਤੇ ਟੈਲੈਂਟ ਨਾਲ ਮੇਰੇ ਪਰਮਾਤਮਾ ਦੀ ਕਿਰਪਾ ਨਾਲ ਜਦੋਂ ਕਿਸੇ ਦੀ ਜਾਨ ਵੱਜਦੀ ਹੂੰ ਤਾਂ ਚੰਗਾ ਲੱਗਦਾ ਕਿਉਂਕਿ ਹਰ ਬੱਚੇ ਦੇ ਸਿਰ ਤੇ ਮਾਪਿਓ ਦਾ ਹੋਣਾ ਐਂਡ ਤੱਕ ਬਹੁਤ ਜ਼ਰੂਰੀ ਹੁਣ ਇੱਕ ਮੈਂ ਆਪਣੇ ਭੇਵੇ ਦੇ ਇੱਕ ਲੜਕੀ ਲੇਡੀਜ਼ ਦੀ লাশ ਕੱਢ ਗਿਆ ਸੀ ਤੇ ਉਸ ਟਾਈਮ ਉਹ ਕੁੜੀ ਉਹਦੀ ਛਾਲ ਸਵਾ ਸਾਲ ਦੀ ਸੀ ਦੋ ਦੀ ਹੋਣੀ ਹੂੰ ਤਾਂ ਹੁਣ 5-7 ਸਾਲ ਬਾਦੋਂ ਮੈਨੂੰ ਮਿਲਣ ਆਈ ਜੀ ਉਹਦੀ ਜੋ 마સી ਸੀ ਉਹਨੂੰ ਵੀਡੀਓ ਵਖਾੰਦੀ ਸੀ ਤੇ ਉਹਨੇ ਇੱਕ ਵਾਰੀ ਕਹਿੰਦੀ ਮੈਂ ਕਿਹਾ ਇਹਨੂੰ ਕਿ ਆ ਵੀਰਾ ਤੇਰਾ ਹੋਏ ਜਿਹਨੇ ਆਖਰੀ ਵਾਰ ਤੇਰੀ ਮੰਮੀ ਨੂੰ ਕੱਢਿਆ ਸੀ ਹੂੰ ਤੇ ਉਹ ਕਹਿੰ ਲਗੀ ਵੀ ਮੈਂ ਵੀਰ ਨੂੰ ਮਿਲਣਾ ਕਾਰ ਆਈ ਨਾਲੇ ਮੈਂ ਵੀ ਰੋਇਆ ਨਾਲੇ ਉਹ ਵੀ ਰੋਈ ਫਿਰ ਮੈਂ ਵੀਡੀਓ ਵੀ ਪਾਇਆ ਬੀਆ ਕੁੜੀਆ ਸ਼ਾਇਦ ਪੜ੍ਹ ਲੈ ਕੇ ਅਮਰੀਕਾ ਚਲੀ ਜਾਏ ਕਨੇ ਕਿਤੇ ਵੀ ਚਲੇ ਜਾਏ ਮੈਨੂੰ ਨਹੀਂ ਪਤਾ ਦਾ ਭਵਿੱਖਾ ਕੀ ਏ ਲੇਕਿਨ ਅ ਜੀ ਮਾਂ ਨੇ ਤਾਂ ਮੱਤਿਆ ਨਾ ਕੀਤੀ ਹੁੰਦੀ ਹਾਂਜੀ ਕਸ ਬੱਚੀ ਨੂੰ ਇੱਥੋਂ ਤੱਕ ਕਰਨਾਣਾ ਪੈਂਦਾ ਔਰ ਕਿੰਨਾ ਜ਼ਰੂਰੀ ਹੈ ਹਰ ਧੀ ਹਰ ਪੁੱਤਰ ਦੇ ਉੱਤੇ ਉਹਦੇ ਮਾਪਿਓ ਦਾ ਸਾਯਾ ਬਹੁਤ ਜ਼ਰੂਰੀ ਹੈ ਸੋ ਬਜ਼ੁਰਗਾਂ ਨੂੰ ਵੀ ਬੱਚਿਆਂ ਨੂੰ ਵੀ ਇਹੇ ਹੱਥ ਜੋੜ ਕੇ ਬੇਨਤੀ ਹੈ ਕਿ ਆਤਮੱਤਿਆ ਨਾ ਕਰੋ ਜ਼ਿੰਦਗੀ ਦਾ ਨਾਮ ਜੀਣਾ ਹੈ ਜ਼ਿੰਦਗੀ ਦਾ ਨਾਮ ਸੰਘਰਸ਼ ਕਰਨਾ ਹੈ ਆਪਣੇ ਆਪ ਨੂੰ ਸੰਭਾਲੋ ਆਪਣੇ ਪਰਿਵਾਰਾਂ ਨੂੰ ਸੰਭਾਲੋ ਜੀ ਜਾਂਦੇ ਜਾਂਦੇ ਨੌਜਵਾਨ ਪੀੜ੍ਹੀ ਦੇ ਲਈ ਕੋਈ ਖਾਸ ਸੁਨੇਹਾ ਜਿਹੜਾ ਕਿਉਂਕਿ ਬੇਰੋਜ਼ਗਾਰੀ ਬਹੁਤ ਵੱਧਦੀ ਜਾਂਦੀ ਹੈ ਜੋ ਲਾਸਟ ਕਾਲ ਤੁਸੀਂ ਮੈਨੂੰ ਸੁਣਾਈ ਉਸ ਦੇ ਵਿੱਚ ਵੀ ਉਹ ਨੌਜਵਾਨ ਇਹੀ ਕਹਿ ਰਿਹਾ ਸੀ ਕਿ ਮੈਂ ਡਿਪਰੈਸ਼ਨ ਦੇ ਵਿੱਚ ਹਾਂ ਡਿਪਰੈਸ਼ਨ ਦਾ ਕਿਤੇ ਨਾ ਕਿਤੇ ਕਾਰਨ ਇਹ ਵੀ ਹੈ ਕਿ ਬੇਰੋਜ਼ਗਾਰੀ ਹੈ ਵੇਲੇ ਨੇ ਨਸ਼ਾ ਕਰ ਲਿਆ ਇਹ ਜਿਹੜੀ ਲਹਿਰ ਚੱਲੀ ਹੈ ਨਸ਼ੇ ਵਾਲੀ ਇਸ ਦੇ ਵਿੱਚ ਬਹੁਤ ਨੌਜਵਾਨੀ ਖਤਮ ਹੋਈ ਹੈ ਜੀ ਬਿਲਕੁਲ ਜੀ ਉਸ ਕਰਕੇ ਨੌਜਵਾਨੀ ਨੂੰ ਕੋਈ ਖਾਸ ਸੁਨੇਹਾ ਕਿਉਂਕਿ ਨੌਜਵਾਨੀ ਤੁਹਾਨੂੰ ਫੋਲੋ ਬਹੁਤ ਕਰਦੀ ਹੈ ਬਹੁਤ ਲੋਕ ਤੁਹਾਨੂੰ ਦੇਖਦੇ ਨੇ ਔਰ ਇਹ ਇੰਟਰਵਿਊ ਵੀ ਬੜੀ ਖਾਸ ਸਫਾਰਿਸ਼ ਤੇ ਹੋਇਆ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਤਾਂ ਉਹਦੇ ਲਈ ਕੋਈ ਖਾਸ ਸੁਨੇਹਾ ਜਿਹੜਾ ਤੁਸੀਂ ਨੌਜਵਾਨ ਪੀੜੀ ਨੂੰ ਲਗਾਉਣਾ ਚਾਹੁੰਦੇ ਹੋ ਕਿ ਉਹ ਇਹ ਮੈਸੇਜ ਸੁਣਨ ਤੋਂ ਬਾਅਦ ਸ਼ਾਇਦ ਇੱਕ ਵਾਰ ਆਪਣੀ ਜ਼ਿੰਦਗੀ ਵੱਲ ਮੁੜ ਕੇ ਦੇਖੇ ਜੀ ਬਿਲਕੁਲ ਮੈਂ ਤਾਂ ਇਹੀ ਨੌਜਵਾਨ ਵੀਰਾਂ ਨੂੰ ਬਜ਼ੁਰਗਾਂ ਨੂੰ ਸਭ ਨੂੰ ਬੇਨਤੀ ਕਰਾਂਗਾ ਕਿ ਆਪਣੇ ਆਪ ਨੂੰ ਸੰਭਾਲ ਲਓ ਆਪਣੇ ਮਾਪਿਓ ਨੂੰ ਸੰਭਾਲ ਲਓ ਕਿਉਂਕਿ ਬੜੇ ਐਸੇ ਮਾਪੇ ਨੇ ਜੋ ਬੱਚੇ ਦਾ ਤੱਕਾ ਨਹੀਂ ਸਹਿ ਸਕਦੇ ਉਹ ਬੱਚੇ ਦੇ ਨਾਲ ਹੀ ਖਤਮ ਹੋ ਜਾਂਦੇ ਨੇ ਜਿੰਦਾ ਰਹੋ ਸੰਘਰਸ਼ ਕਰੋ ਅੱਜ ਹੋਰ ਦੌਰ ਹੋਏਗਾ ਕੱਲ ਹੋਏਗਾ ਅਗਰ ਜਿੰਦਾ ਰਹੋਗੇ ਘਟੋ ਘਟ ਮਾਪਿਓ ਦੇ ਕੋਲ ਤਾਂ ਰਹੋਗੇ ਤੁਹਾਨੂੰ ਵੇਖ ਕੇ ਤੁਹਾਡਾ ਮਾਪਿਓ ਵੀ ਵਿਚਾਰਾ ਆਪਣੀ ਜ਼ਿੰਦਗੀ ਜੀਏਗਾ ਤੇ ਇਹੋ ਜੀਆਂ ਜਿਹੜੀਆਂ ਕਟਨਾਵਾਂ ਨੇ ਆਤਮਵੱਤਿਆ ਵਰਗੀਆਂ ਕਾਇਰ ਕਟਨਾ ਨੇ ਇਹਨੂੰ ਨਾ ਗੱਲ ਆਓ ਔਰ ਜ਼ਿੰਦਗੀ ਦਾ ਨਾਮ ਜੀਣਾ ਹੈ ਸੰਘਰਸ਼ ਕਰਨਾ ਜੀ ਸ਼ੁਕਰੀਆ ਸਾਡੇ ਨਾਲ ਜੁੜਨ ਤੇ ਲਈ ਜੀ ਬਿਲਕੁਲ ਤਹਿ ਦਿਲ ਤੋਂ ਧੰਨਵਾਦ ਔਰ ਮੈਂ ਸ਼ਾਇਦ ਆਪਣੇ ਨੰਬਰ ਵੀ ਕਹਤਾ ਦੇ ਦਾਂ ਸਾਰੇ ਪੈਣ ਪ੍ਰਾਵਾਂ ਨੂੰ ਆਪਣੇ ਨੰਬਰ ਦੇਣਾ ਚਾਹਨਾ 98293 34991 97293 74991 ਨੰਬਰਾਂ 'ਤੇ ਤੁਸੀਂ ਹੈਲਪ ਵੀ ਲੈ ਸਕਦੇ ਹੋ ਔਰ ਜੋ ਸਹਿਯੋਗ ਕਰਨਾ ਚਾਹੁੰਦੇ ਹੋ ਤੋ ਉਹ ਵੀ ਕਰ ਸਕਦੇ ਹੋ ਤਾਂ ਕਿ ਅਸੀਂ ਇਹ ਇਨਸਾਨੀਅਤ ਦੀ ਸੇਵਾ ਨਿਭਾਉਂਦੇ ਰਹੀਏ ਜੀ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ ਤੁਹਾਨੂੰ ਇਹ ਕਿਵੇਂ ਲੱਗੀ ਕਹਾਣੀ ਕਮੈਂਟ ਬਾਕਸ ਵਿੱਚ ਜਰ ਜ਼ਰਨਾ ਨਾ ਭੁੱਲਣਾ then what